ਇਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਹੈ, ਵੈਸੇ ਤਾਂ ਸਾਡੇ 13 ਬੱਚੇ ਜਿਹੜੇ ਹੈਗੇ ਇੰਡੀਅਨ ਟੀਮ 'ਚ ਆਏ ਹੈ। 13 ਬੱਚਿਆਂ 'ਚੋਂ 4 ਬੱਚੇ ਖਾਸ ਕਰ ਜਿਹੜੇ ਹੈਗੇ ਆ ਇਹ ਫਸਟ ਪੋਜੀਸ਼ਨ 'ਤੇ ਆਏ ਹੈ, 2 ਬੱਚੇ ਸਾਡੇ ਸੈਕਿੰਡ ਪੋਜੀਸ਼ਨ 'ਤੇ ਅਤੇ ਬਾਕੀ 3rd ਪੋਜੀਸ਼ਨ 'ਤੇ ਹੈ। ਫਸਟ ਪੋਜੀਸ਼ਨ ਵਾਲੇ ਨੂੰ ਪਹਿਲੀ ਪ੍ਰਾਇਰਿਟੀ ਦਿੱਤੀ ਜਾਊਗੀ ਜੀ। ਉਹਨਾਂ ਦਾ ਸਾਰਾ ਜਿਹੜਾ ਖਰਚਾ ਹੈਗਾ ਉਹ ਗਵਰਨਮੈਂਟ ਕੋਸਟ 'ਤੇ ਹੁੰਦਾ ਜੀ, ਸਾਰਾ ਉਹਨਾਂ ਦਾ ਜਾਣ ਆਉਣ ਦਾ, ਫਲਾਈਟ ਦਾ, ਉਹਨਾਂ ਦੀ ਡਾਈਟ ਦਾ, ਰਹਿਣ ਸਹਿਣ ਦਾ ਸਾਰਾ। 13 ਬੱਚੇ ਜਿਹੜੇ ਹੈਗੇ ਵੈਸੇ ਇੰਡੀਅਨ ਟੀਮ 'ਚ ਸਿਲੈਕਟ ਹੋਏ, ਅਤੇ ਇੰਨਾ ਵੱਡਾ ਜਿਹੜਾ ਇੱਕ ਛੱਤ ਦੇ ਥੱਲੇ ਇੰਨਾ ਇਕੱਠਾ ਗਰੁੱਪ ਕਦੇ ਮੈਨੂੰ ਲੱਗਦਾ ਨਹੀਂ ਵੀ ਇੱਕ ਟੀਮ 'ਚ ਇੰਡੀਵਿਜੁਅਲ ਸਪੋਰਟਸ ਦੇ ਵਿੱਚ ਕਦੇ ਹੋਇਆ ਹੋਣਾ। ਪਹਿਲੀ ਵਾਰ ਹੋਇਆ ਸਾਡੇ ਕੋਲ ਤਾਂ ਜੀ, ਫਸਟ ਟਾਈਮ ਹੀ ਹੈ ਸਾਡੇ ਕੋਲ ਤਾਂ ਜਿਹੜੀ ਜੀ ਕਈ ਇਹ ਸਟੇਟ UT ਦੀ ਅਕੈਡਮੀ ਹੈਗੀ ਹੈ ਜੀ, ਅਤੇ ਸਿਰਫ ਇੱਥੇ ਆਪਾਂ ਨੂੰ ਇਨਫਰਾਸਟ੍ਰਕਚਰ ਅਤੇ ਮੈਟ ਇਕਵਿਪਮੈਂਟ ਫੈਸਿਲਿਟੀ ਹੈ, ਅਤੇ ਕੋਈ ਹੋਸਟਲ ਅਤੇ ਕੋਈ ਡਾਈਟ ਫੈਸਿਲਿਟੀ ਬੱਚਿਆਂ ਕੋਲ ਨਹੀਂ ਹੈ ਗੌਰਮੈਂਟ ਵੱਲੋਂ। ਮਤਲਬ ਹਮਾਰੇ ਉੱਪਰ ਬਹੁਤ ਰਿਸਪਾਂਸਿਬਿਲਟੀ, ਅਬ ਹਮਨੇ ਇੰਡੀਆ ਕੋ ਰਿਪ੍ਰੈਜ਼ੈਂਟ ਕਰਨਾ ਹੈ, ਤੋ ਅਬ ਹਮੇ ਪੂਰੀ ਮਿਹਨਤ ਸੇ ਕਰਨੀ ਪੜੇਗੀ ਪ੍ਰੈਕਟਿਸ, ਔਰ ਬਿਲਕੁਲ ਵੀ ਕੋਈ ਲਾਪਰਵਾਹੀ ਨਹੀਂ ਲੱਗੇਗੀ। ਕੰਪਟੀਸ਼ਨ ਆਉਣ ਵਾਲਾ ਹੈ ਤੋ ਪੂਰੀ ਪ੍ਰੈਕਟਿਸ ਰੱਖੇਂਗੇ, ਔਰ ਇੰਡੀਆ ਕੇ ਲਈ ਪੱਕਾ ਗੋਲ ਲੇਂਗੇ। ਪੱਕਾ ਲੇਗਾ, ਸੋਚਿਆ ਮੈਂ ਜੀ। ਫਿਰ ਹੁਣ ਕਿੰਨੇ ਘੰਟੇ ਪ੍ਰੈਕਟਿਸ ਕਰਦੇ ਹੋ, ਜਦੋਂ ਚੋਣ ਹੁੰਦੀ ਆ ਤਾਂ ਕਿੰਨਾ ਕੁ ਟੰਪ ਸੀ ਉੱਥੇ ਪਹਿਲੇ ਨੰਬਰ 'ਤੇ ਆਉਣ ਦੇ ਲਈ? ਪ੍ਰੈਕਟਿਸ ਤੋਂ ਐਸਾ ਹੈ ਕਿ 3 ਟਾਈਮ ਚਲਤੀ ਹੈ ਯਹਾਂ ਪੇ, 3 ਸੈਸ਼ਨ ਚਲਤੇ ਹੈ, ਮੋਰਨਿੰਗ ਮੇਂ ਔਰ ਆਫਟਰਨੂਨ ਮੇਂ ਔਰ ਈਵਨਿੰਗ ਮੇਂ। ਔਰ ਕੰਪਟੀਸ਼ਨ ਤਾਂ ਇੰਡੀਆ ਕੇ ਟੋਪ ਪਲੇਅਰ ਖੇਲਤੇ ਹੈ ਸਾਰੇ, ਬੜੀਆ ਬੜੀਆ, ਮਤਲਬ ਵਹੀ ਤਾਂ ਕਿ ਬਸ ਨਿਕਾਲਣਾ ਹੈ ਮੈਡਲ। ਭਾਅ ਜੀ, ਵਰਲਡ ਚੈਂਪੀਅਨਸ਼ਿਪ ਦੇ ਵਿੱਚ ਇੰਡੀਆ ਦਾ ਇੱਕ ਲੌਤਾ ਮੈਡਲ ਹੈ ਹਜੇ ਤੱਕ, ਗੋਲਡ ਮੈਡਲ, ਇੱਕੋ ਹੀ ਮੈਡਲ ਹੈ ਜੀ। ਉਹ ਕੁੜੀ ਮਣੀਪੁਰ ਦੀ ਹੈਗੀ ਹੈ ਜੀ, ਲਿੰਥੋ ਹੀ ਨਾਂ ਹੈ, ਹਜੇ ਰੀਸੈਂਟਲੀ ਉਹਦਾ ਮੈਡਲ ਆਇਆ, ਇੱਕੋ ਹੀ ਮੈਡਲ ਆ ਹਜੇ ਤੱਕ, ਅਤੇ ਮੈਂ ਉਹ ਕੁੜੀ ਦਾ, ਅਤੇ ਮੈਂ ਇਹਨਾਂ ਨੂੰ ਇਹੀ ਗੱਲ ਕਹਿੰਦਾ ਕਿ ਮੈਂ ਕਿਹਾ ਜੇ ਤੁਸੀਂ ਚਾਹੁੰਦੇ ਹੋ ਵੀ ਇਤਿਹਾਸ ਬਣਾਉਣਾ ਹੈ, ਜੇ ਹਿਸਟਰੀ ਕ੍ਰੀਏਟ ਕਰਨੀ ਹੈ, ਤਾਂ ਯੂ ਹੈਵ ਦੈਟ ਟਾਈਮ, ਹੁਣ ਤੁਹਾਡੇ ਕੋਲ ਸਮੇਂ ਹੈ। ਹਾਲਾਂਕਿ ਇਹ ਬੜੀ ਮਤਲਬ ਸ਼ਰਮਨਾਕ ਗੱਲ ਹੈ ਕਿ ਬੱਚਾ ਆਪ ਆਪਣੇ ਪਾਸਪੋਰਟ ਲੈ ਕੇ, ਆਪਣੇ ਕਾਗਜ਼ ਲੈ ਕੇ ਅੰਬੈਸੀਆਂ 'ਚ ਧੱਕੇ ਖਾ ਰਿਹਾ। ਇਹ ਚੀਜ਼ ਥੋੜ੍ਹੀ ਜਿਹੀ ਜਿਹੜੀ ਹੈਗੀ ਅਥੋਰਿਟੀਜ਼ ਨੂੰ ਦੇਖਣੀ ਚਾਹੀਦੀ ਹੈ। ਸਾਡੇ ਵੀਜ਼ਾ ਰਿਜੈਕਟ ਹੋ ਗਏ ਜੀ, ਮੈਂ ਇੰਡੀਅਨ ਟੀਮ ਦਾ ਕੋਚ ਸੀਗਾ। ਤੁਹਾਡੇ ਉੱਪਰ ਵੀ ਅਧਿਕਾਰੀ ਕੰਮ ਕਰਦੇ ਹੋਣਗੇ ਜਿਹੜੇ ਇਸ ਵਿਭਾਗ ਨੂੰ ਦੇਖਦੇ ਹੋਣਗੇ, ਉਹਨਾਂ ਉਹ ਕੋਈ ਰਿਸਪੋਂਸੀਬਿਲਟੀ ਨਿਭਾਉਂਦੇ, ਕੋਈ ਜ਼ਿੰਮੇਵਾਰੀ ਚੱਕਦੇ ਵੀ ਪੀਜ਼ਾ ਲਵਾ ਕੇ ਦੇਣ, ਜਿਹੜੀਆਂ ਕਮੀਆਂ ਨੇ ਉਹ ਪਹਿਲਾਂ ਹੀ ਦੂਰ ਕਰ ਲਈਆਂ ਜਾਂ? ਕੁਛ ਫੈਡਰੇਸ਼ਨਸ ਦੇ ਆਪਣੇ ਡਿਸਪਿਊਟਸ ਹੁੰਦੇ ਆ ਜੀ, ਅਤੇ ਕੁਛ ਆਪਣੀ ਲੈਗ ਪੁਲਿੰਗਸ ਹੁੰਦੀਆਂ ਇਹ ਚੀਜ਼ਾਂ ਦੇ ਵਿੱਚ, ਅਤੇ ਮੈਨੂੰ ਮੈਂ ਮੰਨਦਾ ਵੀ ਜਦੋਂ ਖਿਲਾੜੀ ਖੇਲ ਰਿਹਾ ਹੈ ਉਸ ਚੀਜ਼ ਸਾਰੀ ਸੈਲਫ ਜਿਹੜੀ ਆਪਣੀ ਉਹ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਹੈ, ਅਤੇ ਸਿਰਫ ਖਿਲਾੜੀਆਂ ਦੇ ਪੂਰੀ ਇੱਕ ਟੀਮ ਦੇ ਲਈ, ਇੰਡੀਆ ਦੇ ਲਈ ਆਪਾਂ ਮੈਡਲ ਦੀ ਜ਼ੋਰ ਕਰੀਏ। ਜੂਡੋ ਦੇ ਵਿੱਚ ਚੰਡੀਗੜ੍ਹ ਦੇ ਖਿਡਾਰੀਆਂ ਨੇ ਬੱਲੇ ਬੱਲੇ ਕਰਵਾਈ ਹੈ, ਤਾਂ ਇੱਕ ਖਿਡਾਰੀ ਰਾਜਸਥਾਨ ਦਾ ਹੈ, ਤਾਂ ਚੈਂਪੀਅਨਸ਼ਿਪ ਦੇ ਲਈ ਇਹਨਾਂ ਦੀ ਚੋਣ ਹੋਈ ਆ, ਪਹਿਲਾ ਸਥਾਨ ਹਾਸਲ ਕੀਤਾ ਹੈ, ਤਾਂ ਹੁਣ ਚੈਂਪੀਅਨਸ਼ਿਪ ਦੇ ਲਈ ਆਪਣੀ ਕਿਸਮਤ ਅਜਮਾਉਣਗੇ। ਸਾਡੇ ਨਾਲ ਉਹਨਾਂ ਦੇ ਕੋਚ ਵਿਵੇਕ ਠਾਕਰ ਜੀ ਮੌਜੂਦ ਨੇ, ਤਾਂ ਉਹਨਾਂ ਖਿਡਾਰੀਆਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਕਿੰਨਾ ਕੁ ਟਫ ਕੰਪੀਟੀਸ਼ਨ ਸੀ, ਤਾਂ ਜਦੋਂ ਚੋਣ ਹੋਈ ਤਾਂ ਮਨ ਦੇ ਵਿੱਚ ਕੀ ਕੀ ਚੱਲ ਰਿਹਾ ਸੀ, ਸਭ ਤੋਂ ਪਹਿਲਾਂ ਕਿਸ ਨੂੰ ਕਾਲ ਕੀਤੀ ਜਾਂ ਕਿਸ ਨਾਲ ਗੱਲਬਾਤ ਕੀਤੀ ਜਦੋਂ ਚੈਂਪੀਅਨਸ਼ਿਪ ਦੇ ਲਈ ਉਹਨਾਂ ਦਾ ਜਿਹੜਾ ਨਾਂ ਤੈਅ ਹੋ ਗਿਆ? ਪਹਿਲਾਂ ਮੁਬਾਰਕਾਂ ਦਿੰਦੇ ਹਾਂ, ਬਹੁਤ ਬਹੁਤ ਮੁਬਾਰਕਾਂ ਵਿਵੇਕ ਜੀ ਤੁਹਾਨੂੰ, ਤੁਹਾਡੇ ਜਿਹੜੇ ਖਿਡਾਰੀ ਨੇ, ਤੁਹਾਡੇ ਸਟੂਡੈਂਟ ਨੇ, ਤਾਂ ਉਹਨਾਂ ਦੀ ਚੋਣ ਹੋਈ। ਥੈਂਕ ਯੂ ਭਾਅ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤੁਹਾਡੇ TV ਚੈਨਲ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੂੰਗਾ, ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਜੀ, ਸਾਡੇ ਬੱਚਿਆਂ ਦਾ ਇੱਥੇ ਕਵਰੇਜ ਕਰਨ ਆਏ ਹੋ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਬੱਚਿਆਂ ਦੀ ਮਿਹਨਤ ਸੀਗੀ ਜੀ, ਬਹੁਤ ਸਟਰਗਲ ਕੀਤੀ ਇਹਨਾਂ ਨੇ, ਅਤੇ ਅੱਜ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਇੰਡੀਅਨ ਟੀਮ ਸਿਲੈਕਟ ਹੋਏ ਆ ਮੇਰੇ ਬੱਚੇ, ਅਤੇ ਬਹੁਤ ਖੁਸ਼ੀ ਵਾਲੀ, ਮਾਣ ਵਾਲੀ ਗੱਲ ਹੈ ਜੀ। ਇਹ ਜਿਹੜੇ ਬੱਚੇ ਨੇ ਆਪਣੇ ਜੂਡੋ ਚੈਂਪੀਅਨਸ਼ਿਪ ਦੇ ਲਈ ਇੰਡੀਆ ਦੇ ਵੱਲੋਂ ਖੇਡਣਗੇ? ਜੀ ਭਾਅ ਜੀ, ਇਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਹੈ, ਵੈਸੇ ਤਾਂ ਸਾਡੇ 13 ਬੱਚੇ ਜਿਹੜੇ ਹੈਗੇ ਇੰਡੀਅਨ ਟੀਮ 'ਚ ਆਏ ਹੈ, 13 ਬੱਚਿਆਂ 'ਚੋਂ 4 ਬੱਚੇ ਖਾਸ ਕਰ ਜਿਹੜੇ ਹੈਗੇ ਆ ਇਹ ਫਸਟ ਪੋਜੀਸ਼ਨ 'ਤੇ ਆਏ ਹੈ, 2 ਬੱਚੇ ਸਾਡੇ ਸੈਕਿੰਡ ਪੋਜੀਸ਼ਨ 'ਤੇ ਅਤੇ ਬਾਕੀ 3rd ਪੋਜੀਸ਼ਨ 'ਤੇ ਹੈ।
ਜਿਹੜੇ ਫਸਟ ਵਾਲੇ ਬੱਚੇ ਨੇ ਇਹਨਾਂ ਨੇ ਵਰਲਡ ਚੈਂਪੀਅਨਸ਼ਿਪ ਹੋ ਰਹੀ ਹੈ ਜੀ ਲੀਮਾ ਪੇਰੂ ਦੇ ਵਿੱਚ, ਉੱਥੇ ਭਾਗ ਲੈਣਗੇ। ਉਸ ਤੋਂ ਬਾਅਦ ਕੋਰੀਆ ਦੇ ਵਿੱਚ ਇਹਨਾਂ ਦੀ ਏਸ਼ੀਅਨ ਚੈਂਪੀਅਨਸ਼ਿਪ ਹੋ ਰਹੀ ਹੈ, ਉਹਦੇ ਵਿੱਚ ਇਹ ਬੱਚੇ ਪਾਰਟੀਸਪੇਟ ਕਰਨਗੇ। ਫਸਟ ਪੋਜੀਸ਼ਨ ਵਾਲੇ ਨੂੰ ਪਹਿਲੀ ਪ੍ਰਾਇਰਿਟੀ ਦਿੱਤੀ ਜਾਊਗੀ ਜੀ। ਉਹਨਾਂ ਦਾ ਸਾਰਾ ਜਿਹੜਾ ਖਰਚਾ ਹੈਗਾ ਉਹ ਗੌਰਮੈਂਟ ਕੋਸਟ 'ਤੇ ਹੁੰਦਾ ਜੀ, ਸਾਰਾ ਉਹਨਾਂ ਦਾ ਜਾਣ ਆਉਣ ਦਾ, ਫਲਾਈਟ ਦਾ, ਉਹਨਾਂ ਦੀ ਡਾਈਟ ਦਾ, ਰਹਿਣ ਸਹਿਣ ਦਾ ਸਾਰਾ। ਅਤੇ ਜਿਹੜੇ ਸੈਕਿੰਡ ਹੈਗੇ ਹੈ ਉਹ ਕੁਛ ਟੂਰ ਜਿਹੜੇ ਡੇਟਸ ਕਲੈਸ਼ ਕਰਦੀ ਹੈ ਉਹ ਫਸਟ ਦੀ ਜਗ੍ਹਾ ਫਿਰ ਸੈਕਿੰਡ ਪ੍ਰਾਇਰਿਟੀ ਸੈਕਿੰਡ ਨੂੰ ਦਿੱਤੀ ਜਾਂਦੀ ਹੈ। ਅਤੇ ਬਾਕੀ ਜਿਹੜੇ ਥਰਡ ਵਾਲੇ ਬੱਚੇ ਹੋ ਜਾਂਦੇ ਉਹਨਾਂ ਨੂੰ ਗੌਰਮੈਂਟ ਓਨ ਕੋਸਟ 'ਤੇ, ਮਤਲਬ ਕਹਿੰਦੀ ਵੀ ਅਤੇ ਜੇ ਤੁਸੀਂ ਆਪਣੇ ਕੋਸਟ 'ਤੇ ਜਾਣਾ ਚਾਹੁੰਦੇ ਹੋ ਅਤੇ ਉਹ ਬੱਚੇ ਉਸ 'ਚ ਜਾ ਸਕਦੇ ਆ। ਕਹਿਣ ਦਾ ਮਤਲਬ ਹੈ ਕਿ ਸਾਡੇ 13 ਬੱਚੇ ਜਿਹੜੇ ਹੈਗੇ ਵੈਸੇ ਇੰਡੀਅਨ ਟੀਮ 'ਚ ਸਿਲੈਕਟ ਹੋਏ, ਤਾਂ ਇੰਨਾ ਵੱਡਾ ਜਿਹੜਾ ਇੱਕ ਛੱਤ ਦੇ ਥੱਲੇ ਇੰਨਾ ਇਕੱਠਾ ਗਰੁੱਪ ਕਦੇ ਮੈਨੂੰ ਲੱਗਦਾ ਨਹੀਂ ਵੀ ਇੱਕ ਟੀਮ 'ਚ ਇੰਡੀਵਿਜੁਅਲ ਸਪੋਰਟਸ ਦੇ ਵਿੱਚ ਕਦੇ ਹੋਇਆ ਹੋਣਾ। ਪਹਿਲੀ ਵਾਰ ਹੋਇਆ ਸਾਡੇ ਕੋਲ ਤਾਂ ਜੀ, ਫਸਟ ਟਾਈਮ ਹੀ ਹੈ। ਮਗਰ ਮੈਨੂੰ ਲੱਗਦਾ ਵੀ ਹੋਰ ਵੀ ਜਿਹੜੇ ਪ੍ਰਾਈਵੇਟ ਸੈਂਟਰਸ ਜਾਂ ਹੋਰ ਕੋਈ ਅਕੈਡਮੀਜ਼ ਹੈ, ਇਕੱਠਾ ਇੰਨਾ ਬੱਚਾ ਇੱਕ ਛੱਤ ਦੇ ਥੱਲੇ ਇੰਡੀਅਨ ਟੀਮ 'ਚ ਇੰਡੀਵਿਜੁਅਲ ਸਪੋਰਟਸ ਦੇ ਵਿੱਚ ਮੁਸ਼ਕਿਲ ਆਇਆ ਹੋਣਾ। ਮੁਕਾਬਲਾ ਕਿੰਨਾ ਕੁ ਟਫ ਸੀ, ਕਿੰਨੇ ਕੁ ਟੀਮਾਂ ਸੀ ਜਦੋਂ ਇਹਨਾਂ ਦੀ ਚੋਣ ਹੋਈ ਆ ਵਰਲਡ ਚੈਂਪੀਅਨਸ਼ਿਪ ਦੇ ਲਈ? ਭਾਅ ਜੀ, ਇੱਕ ਵੇੜ ਦੇ ਵਿੱਚ ਤਕਰੀਬਨ 50-60 ਬੱਚਾ ਪੂਰੇ ਇੰਡੀਆ ਦਾ ਜਿਹੜਾ ਸੀਗਾ ਉਹ ਜ਼ੋਰ ਅਜਮਾ ਰਿਹਾ ਸੀਗਾ ਜੀ ਆਪਣਾ। ਸਾਡੇ ਕੋਲ ਤਾਂ ਜਿਹੜੀ ਜੀ ਕਈ ਇਹ ਸਟੇਟ ਯੂਟੀ ਦੀ ਅਕੈਡਮੀ ਹੈਗੀ ਹੈ ਜੀ, ਅਤੇ ਸਿਰਫ ਇੱਥੇ ਆਪਾਂ ਨੂੰ ਇਨਫਰਾਸਟ੍ਰਕਚਰ ਅਤੇ ਮੈਟ ਇਕਵਿਪਮੈਂਟ ਫੈਸਿਲਿਟੀ ਹੈ, ਅਤੇ ਕੋਈ ਹੋਸਟਲ ਅਤੇ ਕੋਈ ਡਾਈਟ ਫੈਸਿਲਿਟੀ ਬੱਚਿਆਂ ਕੋਲ ਨਹੀਂ ਹੈ ਗੌਰਮੈਂਟ ਵੱਲੋਂ। ਬਟ ਜਿਹੜੀ ਬਾਕੀ ਅਕੈਡਮੀ ਹੈ ਉਹਦੇ ਵਿੱਚ ਜੀ, ਜਿਵੇਂ JSWIIS ਇੰਸਪਾਇਰਡ ਇੰਸਟੀਟਿਊਟ ਆਫ ਸਪੋਰਟਸ ਬੈਂਗਲੌਰ, ਜਿੰਦਲ ਸਟੀਲ ਵਾਲਿਆਂ ਦਾ ਬਹੁਤ ਵੱਡਾ ਪ੍ਰੋਜੈਕਟ ਹੈ ਜਿਹਦੇ 'ਚ ਨੀਰਜ ਚੋਪੜਾ, ਬਜਰੰਗ ਪੁਨੀਆ, ਇੱਦਾਂ ਦੇ ਬੱਚੇ ਜਿਹੜੇ ਹੈਗੇ, ਇੱਦਾਂ ਦੇ ਪਲੇਅਰ ਐਥਲੀਟ ਉੱਥੇ ਟ੍ਰੇਨਿੰਗ ਕਰਦੇ ਆ, ਉੱਧਰ ਦੇ ਬੱਚੇ ਵੀ ਸਾਡੇ ਬੱਚਿਆਂ ਦੇ ਨਾਲ ਕੰਪੀਟ ਕਰ ਰਹੇ ਸੀਗੇ। ਫਿਰ ਸਾਈ ਦੇ ਸਪੋਰਟ ਅਥਾਰਟੀ ਆਫ ਇੰਡੀਆ NCI ਭੋਪਾਲ, ਨੈਸ਼ਨਲ ਸੈਂਟਰ ਆਫ ਐਕਸੀਲੈਂਸ ਜਿਹੜਾ ਹੈਗਾ ਭੋਪਾਲ ਦੇ ਬੱਚੇ, ਹੋਰ ਇੰਡੀਆ ਦੇ ਵੱਖ ਵੱਖ ਕੋਨੇ ਜਿੰਨੀ ਵੀ ਗੌਰਮੈਂਟ ਏਡਿਡ ਜਿਹੜੀਆਂ ਸੰਸਥਾਵਾਂ ਹੈਗੀਆਂ ਜਿੱਥੇ ਬੱਚਿਆਂ 'ਤੇ ਸਾਲ ਦਾ 10-10 ਲੱਖ ਰੁਪਈਆ ਖਰਚਦੇ ਹੈ, ਉਹ ਸਾਰੇ ਬੱਚੇ ਉਹਦੇ 'ਚ ਆਪਣਾ ਜ਼ੋਰ ਅਜਮਾ ਰਹੇ ਸੀਗੇ ਜੀ। ਅਤੇ ਮਗਰ ਪਰਮਾਤਮਾ ਨੇ, ਇਹਨਾਂ ਦੀ ਮਿਹਨਤ ਹੈ, ਸਾਡੀ ਸਟਰਗਲ ਹੈ ਜਿਹੜੀ, ਆਪਾਂ ਬੱਚਿਆਂ ਨੂੰ ਸਾਡੀ ਗਾਈਡੈਂਸ ਸੀਗੀ। ਬਾਕੀ ਬੱਚੇ ਨੇ ਦਿਨ ਦੇ ਵਿੱਚ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੋ, ਸਵੇਰੇ ਕਿੰਨਾ ਸਮਾਂ, ਈਵਨਿੰਗ ਕਿੰਨਾ? ਭਾਅ ਜੀ, ਅਸੀਂ 5 ਸੈਸ਼ਨ ਇੱਕ ਦਿਨ ਦੇ ਲਾਉਂਦੇ ਜੀ। ਮੋਰਨਿੰਗ ਪਹਿਲਾਂ ਸੈਸ਼ਨ ਸਾਡਾ 5:30 ਹੁੰਦਾ ਜੀ, 5:30 ਤੋਂ ਲੈ ਕੇ 7:30 ਤੱਕ ਬੱਚੇ ਆਪਣਾ ਟ੍ਰੇਨਿੰਗ ਕਰਦੇ ਜੀ। ਜੇ ਕੰਪੀਟੀਸ਼ਨ ਟਾਈਮ ਦੇ ਵਿੱਚ ਅਸੀਂ ਸਕੂਲ ਦੇ 'ਚੋਂ ਪਰਮਿਸ਼ਨ ਲੈ ਕੇ, DO ਸਾਹਿਬ ਤੋਂ ਆਪਾਂ ਪਰਮਿਸ਼ਨ ਲੈ ਕੇ ਸਕੂਲ ਇਹਨਾਂ ਦੇ ਜਿਹੜੇ ਹੈਗੇ ਉਹ ਬੱਚਿਆਂ ਦੀ ਅਟੈਂਡੈਂਸ ਨੂੰ ਸ਼ੋਰਟ ਉਹ ਕਰਾ ਰੱਖਿਆ ਮਾਫ਼, ਕਿ ਜਦੋਂ ਕੰਪੀਟੀਸ਼ਨ ਆਉਂਦਾ ਤਾਂ ਮਹੀਨੇ ਦੀ ਅਸੀਂ ਸਾਡੀ ਸਟੇਟ ਐਸੋਸੀਏਸ਼ਨ ਜਿਹੜੀ ਹੈਗੀ ਹੈ, ਸਾਡੇ ਸੈਕਟਰੀ ਸਾਹਿਬ ਨੇ, ਮੈਂ ਉਹਨਾਂ ਦਾ ਨਾਮ ਲੈਣਾ ਚਾਹੂੰਗਾ, ਸ਼੍ਰੀ NS ਠਾਕੁਰ ਜੀ, ਓਲੰਪਿਕ ਐਸੋਸੀਏਸ਼ਨ ਦੇ ਵੀ ਸੈਕਟਰੀ ਨੇ, ਉਹ ਬਹੁਤ ਸਪੋਰਟ ਕਰਦੇ ਹਾਂ ਬੱਚਿਆਂ ਨੂੰ, ਅਤੇ ਬੱਚੇ ਬਹੁਤ ਉਹਨਾਂ ਦੀ ਹੈਲਪ ਦੇ ਕਰਕੇ ਹੀ ਅਸੀਂ ਉੱਥੇ ਤੱਕ ਪਹੁੰਚ ਪਾਉਂਦੇ ਹਾਂ। ਉਹਨਾਂ ਦੇ ਲੈਟਰ ਜਿਹੜੇ ਹੈਗੇ DO ਆਫਿਸ ਦੇ ਵਿੱਚ ਇਹਨਾਂ ਦੇ ਸਕੂਲ ਪ੍ਰਿੰਸੀਪਲ ਨੂੰ ਜਾਂਦੇ ਹੈ, ਜਿਹਦੇ ਕਰਕੇ ਬੱਚਿਆਂ ਨੂੰ ਸਕੂਲ ਤੋਂ ਰਿਲੈਕਸ ਹੋ ਜਾਂਦਾ, ਉਹਦੇ ਕਰਕੇ ਇਹ ਦੂਜਾ ਸੈਸ਼ਨ ਆਫਟਰਨੂਨ ਦਾ ਉਹ ਵੀ ਲਾ ਸਕਦੇ। ਸੈਕਿੰਡ ਸੈਸ਼ਨ ਭਾਅ ਜੀ ਸਾਡਾ 10:30 ਸਟਾਰਟ ਹੁੰਦਾ, ਉਹ ਤਕਰੀਬਨ 12:30 ਤੱਕ ਚੱਲਦਾ, ਅਤੇ 2 ਘੰਟੇ ਸਵੇਰੇ ਹੋ ਗਏ, 2 ਘੰਟੇ ਦੁਪਹਿਰੇ ਹੋ ਗਏ। ਉਹ ਤੋਂ ਬਾਅਦ ਜੀ ਸ਼ਾਮ ਨੂੰ 3 ਬੈਚ ਆਪਣੇ ਹੁੰਦੇ ਆ ਜੀ। ਇਹਨਾਂ ਬੱਚਿਆਂ ਦੇ ਲਈ ਸਪੈਸ਼ਲ ਬੈਚ ਹੈ ਜਿਹੜਾ 2 ਘੰਟਿਆਂ ਦਾ, ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦਾ, ਅਤੇ ਟੋਟਲ 6 ਘੰਟੇ ਇਹ ਬੱਚੇ ਜਿਹੜੇ ਹੈਗੇ ਇੰਡੀਵਿਜੁਅਲ ਆਪਣਾ ਟ੍ਰੇਨਿੰਗ ਕਰਦੇ ਆ। ਅਤੇ ਇਹਦੇ ਇਲਾਵਾ ਲਗਭਗ 250 ਬੱਚਿਆਂ ਨੂੰ ਮੈਂ ਟ੍ਰੇਨਿੰਗ ਦੇ ਰਿਹਾ ਉਰੇ, ਅਤੇ 6 ਘੰਟੇ ਹੋ ਗਏ, 8-9 ਘੰਟੇ ਦੇ ਕਰੀਬ ਜਿਹੜਾ ਹੈਗਾ, ਹਾਂਜੀ ਮੈਂ ਇੱਥੇ ਹੀ, ਆਪਾਂ ਪੂਰੀ ਦਿਹਾੜੀ ਇੱਥੇ 9 ਘੰਟੇ ਤੁਸੀਂ ਪੂਰਾ ਦਿਨ ਹੀ ਕੱਢਦੇ ਨੇ, ਥਕਾਵਟ ਨਹੀਂ ਫਿਰ ਹੁੰਦੀ? ਨਹੀਂ ਵੈਸੇ ਬਸ ਭਾਅ ਜੀ ਆਦਤ ਪੈ ਗਈ ਜੀ ਹੁਣ, ਅਸੀਂ ਆਪ ਵੀ, ਮੈਨੂੰ 32 ਸਾਲ ਗੇਮ ਕਰਦੇ ਹੋ ਗਏ ਜੀ, ਮੈਂ ਆਪ ਵੀ ਸਪੋਰਟਸ ਪਰਸਨ ਰਿਹਾ ਜੀ, ਅਤੇ ਹੁਣ ਹੈਬਿਟ ਬਣ ਗਈ ਜੀ। ਸੋ ਜਿਸ ਦਿਨ ਛੁੱਟੀ ਹੁੰਦੀ ਹੈ ਸਾਨੂੰ ਸੰਡੇ ਕੱਢਣਾ ਬਹੁਤ ਔਖਾ ਹੁੰਦਾ, ਵੈਸੇ ਆਪਾਂ ਛੁੱਟੀ ਨਹੀਂ ਕਰਦੇ ਜੀ, 7 ਡੇਜ਼ ਵੀਕ ਸਾਡੀ ਟ੍ਰੇਨਿੰਗ ਹੁੰਦੀ ਹੈ। ਕਈ ਲੋਕ ਮੈਨੂੰ ਕਹਿੰਦੇ ਵੀ ਹੈਗੇ ਵੀ ਤੂੰ ਪਾਗਲ ਹੋ ਗਿਆ, ਬੱਚਿਆਂ ਨੂੰ ਇੰਨਾ ਕਰਾਉਂਦਾ, ਅਤੇ ਮੈਂ ਕਹਿੰਦਾ ਜੀ ਵੀ ਇਹਨਾਂ ਦਾ ਪੋਟੈਂਸ਼ੀਅਲ ਹੈ, ਬੱਚਿਆਂ ਦਾ ਕੈਲੀਬਰ ਹੀ ਇੰਨਾ ਹੈ ਕਿ ਇਹ ਲੋਕ ਥੱਕਦੇ ਹੀ ਨਹੀਂ ਗੇ।
ਇਹਨਾਂ ਦੀ ਜਿਹੜੀ ਬੋਡੀ ਇਹਨਾਂ ਦੀ ਹਾਰਟ ਰੇਟ ਹੈ ਉਹ ਬਿਲਕੁਲ ਨੋਰਮਲ ਹੈ, ਇਹਨਾਂ ਦੀ ਬੋਡੀ ਰਿਲੈਕਸ ਹੀ ਰਹਿੰਦੀ ਹੈ। ਜਿੰਨਾ ਮਰਜ਼ੀ ਇਹਨਾਂ 'ਤੇ ਲੋਡ ਪਾ ਦਿਓ, ਕਿਉਂਕਿ ਇਹ ਬੱਚੇ ਅੱਜ ਦੇ ਨਹੀਂ ਮੇਰੇ ਕੋਲ, ਇਹ ਬੱਚੇ ਬਹੁਤ ਛੋਟੇ ਛੋਟੇ ਮੇਰੇ ਕੋਲ ਲਗਭਗ 12-12 11-11 ਸਾਲ ਦੇ ਮੈਂ ਬੱਚੇ ਪੜ੍ਹੇ ਸੀਗੇ, ਅਤੇ ਪਿਛਲੇ 5-6 ਸਾਲਾਂ ਤੋਂ ਇਹਨਾਂ ਨੂੰ ਇਹ ਇੱਦਾਂ ਹੀ ਟ੍ਰੇਨਿੰਗ ਚੱਲ ਰਹੀ ਜੀ। ਬਾਕੀ ਆਫ ਸੀਜ਼ਨ ਜਦੋਂ ਹੁੰਦਾ ਉਦੋਂ ਆਪਾਂ 2 ਟ੍ਰੇਨਿੰਗ ਕਰਾਉਂਦੇ ਹਾਂ, ਲਗਭਗ 4-5 ਘੰਟੇ ਦੀ ਟ੍ਰੇਨਿੰਗ ਹੁੰਦੀ ਹੈ, ਅਤੇ ਜਦੋਂ ਕੰਪਟੀਸ਼ਨ ਸੀਜ਼ਨ ਆਉਂਦਾ ਉਦੋਂ ਆਪਾਂ 3 ਸੈਸ਼ਨ ਕਰ ਦਿੰਦੇ ਹਾਂ, ਅਤੇ ਉਹਨੂੰ ਸਮਾਲ ਉਹ ਕਰਾ ਕੇ ਨਾ, ਜਿਵੇਂ ਮੋਰਨਿੰਗ 2 ਘੰਟੇ, ਦੁਪਹਿਰੇ 2 ਘੰਟੇ, ਸ਼ਾਮੀ 2 ਘੰਟੇ, ਇੱਦਾਂ ਕਰਕੇ ਆਪਾਂ ਬ੍ਰੇਕ ਕਰਕੇ ਇਹਨਾਂ ਨੂੰ ਕਰਦੇ ਹਾਂ ਬੱਚੇ ਨਾਲ ਵੀ। ਹਾਂਜੀ ਪਲੀਜ਼, ਕੀ ਨਾਮ ਆ ਤੁਹਾਡਾ? ਨਾਮ ਦੱਸੋ। ਜਦੋਂ ਹੁਣ ਤੁਸੀਂ ਚੈਂਪੀਅਨਸ਼ਿਪ ਦੇ ਲਈ ਖੇਡਣ ਜਾ ਰਹੇ ਹੋ ਤਾਂ ਫਿਰ ਮਨ ਦੇ ਵਿੱਚ ਕੀ ਕੀ ਚੱਲ ਰਿਹਾ, ਕਿਹੜੀਆਂ ਕਿਹੜੀਆਂ ਗੱਲਾਂ ਚੱਲ ਰਹੀਆਂ ਨੇ? ਜਦੋਂ ਚੋਣ ਹੋਈ ਸੀ ਸਭ ਤੋਂ ਪਹਿਲਾਂ ਕਿਹਦੇ ਨਾਲ ਗੱਲਬਾਤ ਕੀਤੀ? ਨਹੀਂ ਅਭੀ ਆਪ ਦਿਮਾਗ ਮੇਂ ਕਿਆ ਚੱਲ ਰਹਾ ਥਾ ਉਸ ਸਮੇਂ, ਔਰ ਜਬ ਸਿਲੈਕਸ਼ਨ ਕਿਸਸੇ ਬਾਤ ਕਰੀ ਹੈ ਆਪਨੇ ਸਭ ਸੇ ਪਹਿਲੇ? ਪਾਪਾ ਸੇ ਕੀ ਥੀ। ਕੀ ਗੱਲਬਾਤ? ਮੈਚ ਕੋ ਹੀ ਬਤਾਇਆ ਥਾ ਕਿ ਫਸਟ ਆ ਗਏ। ਹੁਣ ਚੈਂਪੀਅਨਸ਼ਿਪ ਦੇ ਲਈ ਆਪ ਖੇਲਨੇ ਜਾਓਗੇ ਤਾਂ ਕਿਤਨੀ ਤਿਆਰੀ ਹੈ ਆਪਕੀ ਅਭੀ? ਤਿਆਰੀ ਤਾਂ ਪੂਰੀ ਹੈ। ਪੂਰੀ ਤਿਆਰੀ ਹੈ? ਹਾਂਜੀ। ਪੂਰੀ ਮਿਹਨਤ ਕਰ ਰਹੇ ਹੋ? ਇਹਦੀ ਪਹਿਲਾਂ ਵੀ 2 ਵਾਰੀ ਕਾਮਨਵੈਲਥ ਦੇ ਲਈ ਸਿਲੈਕਸ਼ਨ ਹੋਈ ਸੀਗੀ ਜੀ, ਅਤੇ ਕਿਸੇ ਰੀਜ਼ਨ ਕਰਕੇ ਆਪਾਂ ਹੁਣ ਵੀ ਪਿੱਛੇ ਆਪਾਂ ਬੈਸੀ ਦੇ ਕਾਫੀ ਧੱਕੇ ਕਰਦੇ ਜੀ। ਹਾਲਾਂਕਿ ਇਹ ਬੜੀ ਮਤਲਬ ਸ਼ਰਮਨਾਕ ਗੱਲ ਹੈ ਕਿ ਬੱਚਾ ਆਪ ਆਪਣੇ ਪਾਸਪੋਰਟ ਲੈ ਕੇ ਆਪਣੇ ਕਾਗਜ਼ ਲੈ ਕੇ ਬੈਸੀਆਂ 'ਚ ਧੱਕੇ ਖਾ ਰਿਹਾ। ਇਹ ਚੀਜ਼ ਥੋੜ੍ਹੀ ਜਿਹੀ ਜਿਹੜੀ ਹੈਗੀ ਅਥੋਰਿਟੀਜ਼ ਨੂੰ ਦੇਖਣੀ ਚਾਹੀਦੀ ਹੈ। ਸਾਡੇ ਵੀਜ਼ਾ ਰਿਜੈਕਟ ਹੋ ਗਏ ਜੀ। ਮੈਂ ਇੰਡੀਅਨ ਟੀਮ ਦਾ ਕੋਚ ਸੀਗਾ, ਸਾਡੀ ਜਾਣੀ ਸੀਗੀ ਭਾਅ ਜੀ ਮਾਲਟਾ ਯੂਰਪ ਦੇ ਵਿੱਚ, ਸ਼ੈਨਿੰਗਨ ਵੀਜ਼ਾ ਸੀਗਾ, ਅਤੇ ਤਕਰੀਬਨ ਮੇਰੇ ਨਾਲ ਜਿਹੜੇ ਹੋਰ ਪਲੇਅਰ ਵੀ ਸੀਗੇ ਇੰਡੀਅਨ ਟੀਮ ਦੇ, ਉਹਦੇ 'ਚ ਓਲੰਪੀਅਨ ਵੀ ਸੀਗੇ ਕਈ, ਅਤੇ ਸਾਡੇ ਸਾਰਿਆਂ ਦੇ ਵੀਜ਼ਾ ਜਿਹੜੇ ਹੈਗੇ ਰਿਜੈਕਟ ਕਰ ਦਿੱਤੇ। ਅਥਾਰਟੀ ਜਿਹੜੀ ਤੁਹਾਡੇ ਉੱਪਰ ਕੰਮ ਕਰਦੀ ਆ, ਤੁਹਾਡੇ ਉੱਪਰ ਵੀ ਅਧਿਕਾਰੀ ਕੰਮ ਕਰਦੇ ਹੋਣਗੇ ਜਿਹੜੇ ਇਸ ਵਿਭਾਗ ਨੂੰ ਦੇਖਦੇ ਹੋਣਗੇ, ਉਹਨਾਂ ਉਹ ਕੋਈ ਰਿਸਪੋਂਸੀਬਿਲਟੀ ਨਿਭਾਉਂਦੇ, ਕੋਈ ਜ਼ਿੰਮੇਵਾਰੀ ਚੱਕਦੇ ਵੀ ਪੀਜ਼ਾ ਲਵਾ ਕੇ ਦੇਣ, ਜਿਹੜੀਆਂ ਕਮੀਆਂ ਨੇ ਉਹ ਪਹਿਲਾਂ ਹੀ ਦੂਰ ਕਰ ਲਈਆਂ ਜਾਂ? ਭਾਅ ਜੀ ਉਹੀ ਗੱਲ ਹੈ ਜੀ, ਕੁਛ ਫੈਡਰੇਸ਼ਨਸ ਦੇ ਆਪਣੇ ਡਿਸਪਿਊਟਸ ਹੁੰਦੇ ਆ ਜੀ, ਅਤੇ ਕੁਛ ਆਪਣੀ ਲੈਗ ਪੁਲਿੰਗਸ ਹੁੰਦੀਆਂ ਇਹ ਚੀਜ਼ਾਂ ਦੇ ਵਿੱਚ, ਅਤੇ ਮੈਨੂੰ ਮੈਂ ਮੰਨਦਾ ਵੀ ਜਦੋਂ ਖਿਲਾੜੀ ਖੇਲ ਰਿਹਾ ਹੈ ਉਸ ਚੀਜ਼ ਸਾਰੀ ਸੈਲਫ ਜਿਹੜੀ ਆਪਣੀ ਉਹ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ, ਅਤੇ ਸਿਰਫ ਖਿਲਾੜੀਆਂ ਦੇ ਪੂਰੀ ਟੀਮ ਦੇ ਲਈ, ਇੰਡੀਆ ਦੇ ਲਈ ਆਪਾਂ ਮੈਡਲ ਦੀ ਜ਼ੋਰ ਕਰੀਏ। ਅਤੇ ਉਹ ਕੁਛ ਰੀਜ਼ਨਸ ਕਰਕੇ ਵੀਜ਼ਾ ਰਿਜੈਕਟ ਹੋ ਗਏ ਸੀਗੇ ਜੀ। ਪਿਛਲੇ ਸਾਲ ਸਾਊਥ ਅਫਰੀਕਾ ਦਾ ਵੀਜ਼ਾ ਸੀਗਾ, ਮੇਰਾ ਲੱਗ ਗਿਆ ਸੀਗਾ, ਬੱਚਿਆਂ ਦਾ ਲੱਗਿਆ ਨਹੀਂ, ਫਿਰ ਮੈਂ ਇਸ ਕਰਕੇ ਮੈਂ ਵੀ ਨਹੀਂ ਗਿਆ ਫਿਰ ਜਦੋਂ ਨਿਆਣੇ ਹੀ ਨਹੀਂ ਸੀਗੇ। ਅਤੇ ਇਸ ਵਾਰੀ ਵੀ ਸਾਡੇ ਬੱਚੇ ਜਿਹੜੇ ਸੀਗੇ ਮੇਰੇ, ਇੱਕ ਹਰ ਵਾਰੀ ਤਕਰੀਬਨ 8-8 ਨੇਣੇ ਸਿਲੈਕਟ ਹੁੰਦੇ ਹੈ, ਬਟ ਇਸ ਤੋਂ ਪਹਿਲਾਂ ਸਿਰਫ ਇੱਕ ਵਰਲਡ ਯੂਨੀਵਰਸਿਟੀ 2 ਬੱਚੇ ਜਾ ਗਏ ਸੀਗੇ ਮੇਰੇ, ਇਟਲੀ ਦੇ ਵਿੱਚ ਹੋਈ ਸੀਗੀ, ਉਹ ਨੌਕਰੀ ਲੱਗ ਗਏ ਜੀ। ਅਤੇ ਬਾਕੀ ਉਹ ਤੋਂ ਬਾਅਦ 2 ਸਾਲਾਂ ਤੋਂ ਲਗਭਗ ਆਪਾਂ ਇੱਦਾਂ ਹੀ ਸਟਰਗਲ ਕਰ ਰਹੇ ਹਾਂ, ਫੈਡਰੇਸ਼ਨ ਸਾਡੀ ਹੈ ਨਹੀਂ, ਉਹਦੇ 'ਤੇ ਗੌਰਮੈਂਟ ਨੇ ਇੱਕ ਐਡਮਿਨਿਸਟਰੇਟਰ ਲਾਏ ਹੋਏ ਉਹਨਾਂ 'ਤੇ, ਹਾਈ ਕੋਰਟ ਦੇ ਕੋਈ ਜੱਜ ਹੈ, ਉਹ ਰਿਟਾਇਰਡ, ਉਹਨਾਂ ਨੂੰ ਉੱਥੇ ਅਪੁਆਇੰਟ ਕੀਤਾ ਹੋਇਆ। ਫੈਡਰੇਸ਼ਨਸ ਹੈ ਨਹੀਂ ਹੈ ਅਤੇ ਉਹ ਕੰਮ ਉੱਦਾਂ ਹੋ ਨਹੀਂ ਰਿਹਾ ਜਿੱਦਾਂ ਹੋਣਾ ਚਾਹੀਦਾ, ਅਤੇ ਬੱਚਿਆਂ ਨੂੰ ਜਿਹੜੀ ਚੀਜ਼ ਮਿਲਣੀ ਚਾਹੀਦੀ ਹੈ ਉਹ ਅਸੀਂ ਆਪ ਅੱਜ ਨਟ ਕਰ ਰਹੇ। ਸਾਨੂੰ ਦਸਤਾਵੇਜ਼ ਡਾਕੂਮੈਂਟ ਸਾਰੇ ਉਹ ਦੇ ਦਿੰਦੇ ਹੈ, ਕਹਿੰਦੇ ਵੀ ਜਾ ਕੇ ਆਪ ਕਰੋ, ਲਾਈਨਾਂ 'ਚ ਆਪ ਖੜੋ, ਅਪੁਆਇੰਟਮੈਂਟ ਆਪ ਲਓ, ਬਟ ਉਹ ਸਾਨੂੰ ਇੰਨਾ ਐਕਸਪੀਰੀਅੰਸ ਹੈ ਨਹੀਂ। ਅਸੀਂ ਤਾਂ ਜਿੰਨਾ ਕਰ ਸਕਦੇ ਹਾਂ ਕੋਚਿੰਗ ਕਰਾ ਸਕਦੇ ਹਾਂ, ਬੱਚੇ ਮਿਹਨਤ ਕਰ ਸਕਦੇ ਹਾਂ, ਅਤੇ ਐਮਬੈਸੀ ਵਾਲੇ ਕੰਮ ਕਾਗਜ਼ਾਂ ਦੇ ਕੰਮ ਸਾਨੂੰ ਇੰਨੇ ਆਉਂਦੇ ਨਹੀਂਗੇ। ਚਲੋ ਆਪਾਂ ਇੱਥੇ ਵੀ ਗੱਲ ਕਰਦੇ ਹਾਂ, ਤੁਹਾਡਾ ਨਾਮ ਕੀ ਹੈ ਰਾਜ? ਨਵਰੂਪ। ਉੱਚੀ ਬੋਲੋ ਥੋੜ੍ਹਾ ਜਿਹਾ, ਕੀ ਨਾਮ? ਨਵਰੂਪ। ਨਵਰੂਪ, ਪੰਜਾਬੀ ਤੁਹਾਨੂੰ ਤਾਂ ਪਤਾ ਹੈ ਬਿਲਕੁਲ ਆਉਂਦੀ ਹੋਣੀ ਆ, ਅਤੇ ਜਦੋਂ ਕੰਪੀਟੀਸ਼ਨ ਹੋਇਆ ਸੀ, ਜਦੋਂ ਤੁਹਾਡੀ ਚੋਣ ਹੁੰਦੀ ਆ, ਕਿੰਨਾ ਟਫ ਸੀ ਉਸ 'ਤੇ ਕੰਪੀਟੀਸ਼ਨ ਸੀ ਜਿਹੜਾ? ਟਫ ਤਾਂ ਸੀ ਪਰ ਇਹ ਸੀ ਕਿ ਜਿੱਤਣਾ ਬਸ, ਜੋ ਮਰਜ਼ੀ ਹੋ ਜਾਵੇ, ਇਸ ਕਰਕੇ ਫਿਰ ਜਿੱਤ ਗਏ। ਹੁਣ ਚੈਂਪੀਅਨਸ਼ਿਪ ਦੇ ਲਈ ਕਰਨ ਜਾ ਰਹੇ ਹੋ ਪਾਰਟਿਸਿਪੇਟ, ਕਿੰਨੀ ਕੁ ਤਿਆਰੀ ਹੈ? ਪੂਰੀ ਤਿਆਰੀ ਹੈ। ਕਿੰਨੇ ਘੰਟੇ ਫਿਰ ਰੋਜ਼ ਦੇ ਜਿਹੜੇ ਤੁਸੀਂ ਇੱਥੇ ਕੋਚਿੰਗ ਲੈਂਦੇ ਹੋ? ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਟ੍ਰੇਨਿੰਗ ਹੁੰਦੀ ਹੈ ਸਾਡੀ। ਸਾਹਮਣੇ ਵਾਲੇ ਜਿਹੜੇ ਖਿਡਾਰੀ ਹੁੰਦੇ ਜਦੋਂ ਮੁਕਾਬਲਾ ਹੁੰਦਾ, ਉਹਨਾਂ ਦੀ ਕਿੰਨੀ ਕੁ ਤਿਆਰੀ ਹੁੰਦੀ ਹੈ, ਕਿੰਨਾ ਕੁ
ਟਫ ਹੋ ਜਾਂਦਾ ਮੁਕਾਬਲਾ, ਕੰਪੀਟੀਸ਼ਨ ਕਿੰਨਾ ਕੁ ਟਫ ਹੋ ਜਾਂਦਾ ਜਦੋਂ ਮੁਕਾਬਲਾ ਹੁੰਦਾ? ਅਸੀਂ ਵੀ ਪ੍ਰੈਕਟਿਸ ਕਰੇ ਤਾਂ ਕੋਈ ਜ਼ਿਆਦਾ ਸਭ ਤੋਂ ਬੜਾ ਨਹੀਂ ਹੈ, ਤੁਸੀਂ ਆਪਣੇ ਆਪ ਤੋਂ ਸੋਚੋ, ਉਹ ਅਸੀਂ ਬੜੇ ਬਸ। ਜਦੋਂ ਘਰ ਦੇ ਵਿੱਚ ਗਏ, ਜਦੋਂ ਘਰਦਿਆਂ ਨੂੰ ਦੱਸਿਆ ਕਿ ਮੇਰੀ ਚੈਂਪੀਅਨਸ਼ਿਪ ਦੇ ਲਈ ਚੋਣ ਹੋ ਗਈ, ਸਭ ਤੋਂ ਪਹਿਲਾਂ ਕਿਹਦੇ ਨਾਲ ਗੱਲ ਕੀਤੀ, ਮੰਮੀ ਨਾਲ ਜਾਂ ਪਾਪਾ ਨਾਲ? ਮੰਮੀ ਨਾਲ। ਮੰਮੀ ਕੀ ਕਿਹਾ ਫਿਰ ਮੰਮੀ ਨੇ? ਮੰਮੀ ਸੁਣੀ ਕਿਹਾ, ਬਸ ਖੁਸ਼ ਹੋ ਗਏ। ਖੁਸ਼ ਹੋ ਗਏ। ਪਹਿਲਾਂ ਵੀ ਤੁਸੀਂ ਕੰਪੀਟੀਸ਼ਨ ਜਿੱਤੇ ਹੋ? ਪਹਿਲਾਂ ਕਿੱਥੇ ਕਿੱਥੇ ਪਹਿਲਾਂ ਕੰਪੀਟੀਸ਼ਨ ਤੁਸੀਂ ਜਿੱਤੇ ਹੋ? ਸੀਨੀਅਰ ਨੈਸ਼ਨਲ। ਉੱਥੇ ਕਿਹੜਾ ਮੈਡਲ ਆਇਆ? ਸਿਲਵਰ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਸੰਯਮ ਚੌਧਰੀ ਹੈ। ਕਿਵੇਂ ਦਾ ਮਹਿਸੂਸ ਕਰ ਰਹੇ ਹੋ ਚੈਂਪੀਅਨਸ਼ਿਪ ਦੇ ਲਈ ਚੋਣ ਹੋਈ ਆ ਫਸਟ ਪੋਜੀਸ਼ਨ ਦੇ ਉੱਤੇ ਆ ਕੇ? ਮਤਲਬ ਅੱਛਾ ਲੱਗ ਰਿਹਾ ਕਾਫੀ, ਮਤਲਬ ਮੈਨੂੰ ਯਕੀਨ ਨਹੀਂ ਸੀ ਪਰ ਅਬ ਮਿਹਨਤ ਕਰੀ ਔਰ ਫਿਰ ਰਿਜ਼ਲਟ ਅੱਛਾ ਆਇਆ ਤਾਂ ਬਹੁਤ ਅੱਛਾ ਲੱਗ ਰਿਹਾ ਥਾ। ਕਿੰਨਾ ਕੁ ਟਫ ਸੀ ਕੰਪੀਟੀਸ਼ਨ, ਕਿਉਂਕਿ ਜਦੋਂ ਇੰਡੀਆ ਦੇ ਵਿੱਚੋਂ ਖਿਡਾਰੀ ਆਉਂਦੇ ਨੇ ਉਹਨਾਂ ਦੇ ਵਿੱਚੋਂ ਕਰੀਮ ਕੱਢਣੀ ਹੁੰਦੀ ਆ, ਬੜਾ ਟਫ ਹੁੰਦਾ ਕੰਪੀਟੀਸ਼ਨ ਮਿਲਣਾ? ਹਾਂ ਮਤਲਬ ਐਸਾ ਨਹੀਂ ਥਾ ਕਿ ਬਹੁਤ ਈਜ਼ੀ ਥਾ ਪਰ ਮੈਨੇ ਮਿਹਨਤ ਕਰੀ ਥੀ ਔਰ ਆਪਣੇ ਪਰ ਵਿਸ਼ਵਾਸ ਥਾ ਤਾਂ ਫਿਰ ਮੇਰੇ ਸਭ ਈਜ਼ੀ ਥਾ, ਤਾਂ ਕਲੀਅਰ ਥਾ ਮੇਰੇ ਕੋ ਜਿੱਤਣਾ ਹੈ ਬਸ। ਘਰ ਜਦੋਂ ਗੱਲਬਾਤ ਹੋਈ ਸੀ ਫਿਰ ਘਰਦਿਆਂ ਨੇ ਕੀ ਕਿਹਾ ਸੀ? ਸਭ ਤੋਂ ਪਹਿਲਾਂ ਕੀ ਗੱਲਬਾਤ ਹੋਈ? ਘਰ ਵਾਲੋ ਕੋ ਜਬ ਮੈਨੇ ਬਤਾਇਆ ਤੋ ਬਹੁਤ ਅੱਛਾ ਲਗਾ ਉਨਕੋ, ਤੋ ਉਨਕੋ ਵੀ ਲੱਗ ਰਿਹਾ ਥਾ ਕਿ ਮੈਂ ਕੁਛ ਕਰ ਸਕਤਾ ਹੂੰ, ਤਭੀ ਉਹਨੇ ਮੇਰੇ ਕੋ ਭੇਜਾ ਔਰ ਇਤਨਾ ਟਾਈਮ ਦੇ ਰਹੇ ਥੇ ਔਰ ਪੂਰੀ ਸਪੋਰਟ ਕਰ ਰਹੇ ਥੇ ਮੇਰੇ ਕੋ, ਤੋ ਉਨਕੋ ਵੀ ਬਹੁਤ ਅੱਛਾ ਲਗਾ। ਤੇ ਹੁਣ ਫਿਰ ਕਿਉਂਕਿ ਜਦੋਂ ਵਰਲਡ ਚੈਂਪੀਅਨ ਜਦੋਂ ਮੁਕਾਬਲਾ ਹੋਏਗਾ ਚੈਂਪੀਅਨਸ਼ਿਪ ਦਾ ਤਾਂ ਬੜੇ ਟਫ ਹੁੰਦੀਆਂ ਨੇ ਟੀਮਾਂ ਸਾਰੇ ਮੁਲਕਾਂ ਦੀਆਂ, ਤਾਂ ਫਿਰ ਕਿੰਨੇ ਘੰਟੇ ਹੁਣ ਪ੍ਰੈਕਟਿਸ ਕਰ ਰਹੇ ਹੋ ਰੋਜ਼? ਕਿਉਂਕਿ ਜੇਕਰ ਜਿੱਤਣਾ ਇੰਡੀਆ ਦੇ ਲਈ ਗੋਲਡ ਲੈ ਕੇ ਆਉਣਾ ਤਾਂ ਫਿਰ ਮਿਹਨਤ ਵੀ ਪੂਰੇ ਜ਼ੋਰ ਦੇ ਨਾਲ ਕਰਨੀ ਪਏਗੀ। ਬਿਲਕੁਲ, ਅਬ ਹਮਾਰੇ ਉੱਪਰ ਬਹੁਤ ਰਿਸਪੋਂਸਿਬਿਲਟੀ, ਅਬ ਹਮਨੇ ਇੰਡੀਆ ਕੋ ਰਿਪ੍ਰੈਜ਼ੈਂਟ ਕਰਨਾ ਹੈ, ਤੋ ਅਬ ਹਮੇ ਪੂਰੀ ਮਿਹਨਤ ਸੇ ਕਰਨੀ ਪੜੇਗੀ ਪ੍ਰੈਕਟਿਸ ਔਰ ਬਿਲਕੁਲ ਵੀ ਕੋਈ ਲਾਪਰਵਾਹੀ ਨਹੀਂ ਲੱਗੇਗੀ। ਕਿੰਨੇ ਘੰਟੇ ਫਿਰ ਦਿੰਦੇ ਆਪਣੀ ਗੇਮ? ਅਬ ਤਿੰਨ ਟਾਈਮ ਕਰਨਾ ਪੜੇਗਾ, ਕੰਪਟੀਸ਼ਨ ਆਉਣ ਵਾਲਾ ਹੈ ਤੋ ਪੂਰੀ ਪ੍ਰੈਕਟਿਸ ਰੱਖੇਂਗੇ ਔਰ ਇੰਡੀਆ ਕੇ ਲਈ ਪੱਕਾ ਗੋਲਡ ਲੇਂਗੇ। ਪੱਕਾ ਲੇਗਾ, ਸੋਚਿਆ ਹੈ ਮਾਂ ਦੇ ਜੀ? ਤੁਹਾਡਾ ਕੀ ਨਾਮ? ਵਿਨੈ ਆਚਾਰਿਆ। ਤੁਸੀਂ ਕਿੱਥੇ, ਰਾਜਸਥਾਨ ਦੇ ਰਹਿਣ ਵਾਲੇ ਜੀ? ਜਦੋਂ ਚੋਣ ਹੋਈ ਤਾਂ ਫਿਰ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਹੋਣੀ ਆ, ਘਰੇ ਵੀ ਗੱਲਬਾਤ ਹੋਈ, ਘਰਦੇ ਨੇ ਕੀ ਕਿਹਾ ਫਿਰ ਜਦੋਂ ਉਹਨਾਂ ਨੂੰ ਸੁਨੇਹਾ ਦਿੱਤਾ ਵੀ ਚੋਣ ਹੋ ਗਈ ਹੈ? ਸਰ ਕੋਈ ਨਹੀਂ, ਉਹੀ ਤਾਂ ਕਿ ਬਸ ਘਰ ਵਾਲੇ ਕੀ ਬਹੁਤ ਆਸ ਸੀ ਮੇਰੇ ਪੇ ਔਰ ਮਤਲਬ 9 ਸਾਲ ਤਾਂ ਹੋ ਗਏ ਮੇਰੇ ਕੋ ਜੂਡੋ ਕਰਤੇ ਹੋਏ, ਪਰ ਕਈ ਨੈਸ਼ਨਲ ਪੇ ਮਤਲਬ ਜਾਤਾ ਤਾਂ ਹਾਰ ਜਾਤਾ ਤਾਂ, ਕਈ ਜਗ੍ਹਾ ਕਰੀ ਤੀ ਪ੍ਰੈਕਟਿਸ, ਫਿਰ ਕਿਸੇ ਨੇ ਬੋਲਾ ਚੰਡੀਗੜ੍ਹ ਕਰੋ ਵਿਵੇਕ ਸਰ ਕੇ ਯਹਾਂ ਪੇ, ਤੋ ਆਇਆ ਮੈਂ ਚੰਡੀਗੜ੍ਹ ਆਇਆ, 1-2 ਮਹੀਨੇ ਸੇ ਯਹੀਂ ਪੇ ਕਰ ਰਹਾ ਹੂੰ, ਫਿਰ ਜਾ ਕੇ ਮਤਲਬ ਅਭੀ ਪਹਿਲੇ ਸਾਲ ਮੈਂ ਮਤਲਬ ਕੈਡਿਟ ਦਾ ਮੇਰਾ ਪਹਿਲੇ ਸਾਲ ਮੈਂ ਹੋ ਗਿਆ ਸਿਲੈਕਸ਼ਨ ਹੋ ਗਿਆ ਇੰਟਰਨੈਸ਼ਨਲ ਕੇ ਲਈ। ਫਿਰ ਹੁਣ ਕਿੰਨੇ ਘੰਟੇ ਪ੍ਰੈਕਟਿਸ ਕਰਦੇ ਹੋ? ਜਦੋਂ ਚੋਣ ਹੁੰਦੀ ਆ ਤਾਂ ਕਿੰਨਾ ਕੁ ਟੰਪ ਸੀ ਉੱਥੇ ਪਹਿਲੇ ਨੰਬਰ 'ਤੇ ਆਉਣ ਦੇ ਲਈ? ਪ੍ਰੈਕਟਿਸ ਤੋਂ ਐਸਾ ਹੈ ਕਿ 3 ਟਾਈਮ ਚਲਤੀ ਹੈ ਯਹਾਂ ਪੇ, 3 ਸੈਸ਼ਨ ਚਲਤੇ ਹੈ, ਮੋਰਨਿੰਗ ਮੈਂ ਔਰ ਆਫਟਰਨੂਨ ਮੈਂ ਔਰ ਈਵਨਿੰਗ ਮੈਂ, ਔਰ ਕੰਪਟੀਸ਼ਨ ਤਾਂ ਇੰਡੀਆ ਕੇ ਟੋਪ ਪਲੇਅਰ ਖੇਲਤੇ ਹੈ ਸਾਰੇ ਬੜੀਆ ਬੜੀਆ, ਮਤਲਬ ਉਹੀ ਤਾਂ ਕਿ ਬਸ ਨਿਕਾਲਣਾ ਹੈ ਮੈਡਲ। ਔਰ ਚੈਂਪੀਅਨਸ਼ਿਪ ਦੇ ਲਈ ਚੁਣੌਤੀ ਕਿੰਨੀ ਮੰਗਦੇ ਹੋਣ ਜਦੋਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਮੁਕਾਬਲਾ ਹੋਏਗਾ, ਕਿ ਜਿਹੜੇ ਬਾਕੀ ਮੁਲਕਾਂ ਦੇ ਖਿਡਾਰੀ ਹੋਣਗੇ ਉਹਨਾਂ ਨੇ ਵੀ ਬੜੀ ਸਖ਼ਤ ਮਿਹਨਤ ਕੀਤੀ, ਉਹ ਚੁਣੌਤੀ ਕਿੰਨੀ ਕੁ ਮੰਗਦੇ? ਬਹੁਤ ਬੜੀ ਚੁਣੌਤੀ ਇਹ ਹੈ, ਜਿਸ ਲਈ ਘਰ ਵਾਲਿਆਂ ਨੇ ਕਿਹਾ ਕਿ ਮਤਲਬ ਜੈਸੇ ਮਤਲਬ ਵਹੀਂ ਪੇ ਗੋਲਡ ਆਇਆ ਤੋ ਫਿਰ ਕਈ ਸਾਰੀ ਗੌਰਮੈਂਟ ਸਾਈਜ਼ ਦਾ ਔਫਰ ਆਇਆ ਤਾ ਮੇਰੇ ਕੋ ਕਿ ਹਮਾਰੇ ਸਾਈ ਮੈਂ ਆ ਜਾਓ ਜਾਂ ਆ ਜਾਓ, ਪਰ ਘਰ ਵਾਲੋ ਕੋ ਵਿਸ਼ਵਾਸ ਥਾ ਕਿ ਚੰਡੀਗੜ੍ਹ ਕਰ ਰਹਾ ਹੈ ਜਾਂ ਕਰ ਰਹਾ ਹੈ ਵਹੀਂ ਪੇ ਕਰ, ਆਗੇ ਮੈਡਲ ਲਾਣਾ ਹੈ ਤੋ ਵਹੀਂ ਪੇ ਕਰਨਾ ਪੜੇਗਾ, ਬਾਕੀ ਤੋ ਔਰ ਕਹੀਂ ਜਾਊਂਗਾ ਤੋ ਕੋਈ ਦਿੱਕਤ ਹੋ ਜਾਏਗੀ ਫਿਰ, ਜਿਸ ਲਈ ਉਹ ਚੰਡੀਗੜ੍ਹ ਥਾ, ਬਸ ਮਿਹਨਤ ਕਰਨਾ ਹੈ ਮੈਡਲ ਨਿਕਾਲਣਾ ਤਾਂ ਵਹੀਂ ਪੇ ਕਰਨਾ ਹੈ। ਜਦੋਂ ਵਰਲਡ ਚੈਂਪੀਅਨਸ਼ਿਪ ਦਾ ਜਦੋਂ ਮੁਕਾਬਲਾ ਹੋਏਗਾ ਤਾਂ ਫਿਰ ਕਿੰਨੀ ਕੁ ਟਫ ਹੁੰਦੇ ਨੇ ਖਿਡਾਰੀ, ਕਿੰਨੀ ਕੁ ਮਿਹਨਤ ਕਰਦੇ ਨੇ ਬਾਕੀ ਮੁਲਕਾਂ ਦੇ, ਤੁਸੀਂ ਨੇ ਵੀ ਪਹਿਲਾਂ ਵੀ ਮੁਕਾਬਲੇ ਕਈ ਦੇਖੇ ਹੋਣਗੇ? ਭਾਅ ਜੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਇੰਡੀਆ ਦਾ ਇੱਕ ਲੌਤਾ ਮੈਡਲ ਹੈ ਹਜੇ ਤੱਕ, ਗੋਲਡ ਮੈਡਲ, ਇੱਕੋ ਹੀ ਮੈਡਲ ਹੈ ਜੀ, ਉਹ ਕੁੜੀ ਮਣੀਪੁਰ ਦੀ ਹੈਗੀ ਹੈ ਜੀ, ਲਿੰਥੋ ਹੀ ਨਾਂ ਹੈ, ਹਜੇ ਰੀਸੈਂਟਲੀ ਉਹਦਾ ਮੈਡਲ ਆਇਆ, ਇੱਕੋ ਹੀ ਮੈਡਲ ਆ ਹਜੇ ਤੱਕ, ਅਤੇ ਮੈਂ ਉਹ ਕੁੜੀ ਦਾ, ਅਤੇ ਮੈਂ ਇਹਨਾਂ ਨੂੰ ਇਹੀ ਗੱਲ ਕਹਿੰਦਾ ਕਿ ਮੈਂ ਕਿਹਾ ਜੇ ਤੁਸੀਂ ਚਾਹੁੰਦੇ ਹੋ ਵੀ ਇਤਿਹਾਸ ਬਣਾਉਣਾ
ਜੇ ਹਿਸਟਰੀ ਕ੍ਰੀਏਟ ਕਰਨੀ ਹੈ ਤਾਂ ਯੂ ਹੈਵ ਦੈਟ ਟਾਈਮ। ਹੁਣ ਤੁਹਾਡੇ ਕੋਲ ਸਮੇਂ ਹੈ, ਮੌਕਾ ਤੁਹਾਡੇ ਕੋਲ ਹੈਗਾ ਕਿ ਤੁਸੀਂ ਆਪਣਾ ਨਾਂ ਇੰਡੀਅਨ ਹਿਸਟਰੀ ਦੇ ਵਿੱਚ ਲਿਖਾ ਸਕਦੇ ਹੋ, ਕਿਉਂਕਿ ਇਕਲੌਤਾ ਵਰਲਡ ਚੈਂਪੀਅਨ ਸਾਡੇ ਇੰਡੀਆ 'ਚੋਂ ਹੈਗਾ। ਇਹ ਸਾਡੇ ਲਈ ਇੱਕ ਬੜੀ ਇੱਕ ਚਾਂਸ ਦੀ ਓਪਰਚੁਨਿਟੀ ਦੀ ਵੀ ਗੱਲ ਹੈ ਕਿ ਤੁਹਾਡੇ ਕੋਲ ਮੌਕਾ ਹੈਗਾ, ਤੁਸੀਂ ਯੰਗ ਹੋ, ਐਨਰਜੈਟਿਕ ਹੋ ਅਤੇ ਜੋ ਲੈਵਲ 'ਤੇ ਖੇਡ ਕੇ ਆਏ ਸਾਰਿਆਂ ਨੇ ਨੌਕਆਊਟ ਫਾਈਟਾਂ ਜਿੱਤੀਆਂ। ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਕੋਈ ਇਹਨਾਂ ਨੇ ਕੋਈ ਲਟਕ ਕੇ ਜਾਂ ਕੋਈ ਧੱਕੇ ਮੁੱਕੇ ਵਾਲੀ ਗੇਮ ਨਹੀਂ, ਇਹਨਾਂ ਨੇ ਇਹ ਸਾਰੇ ਵਨ ਸਾਈਡਿਡ ਨੌਕਆਊਟ ਹਰਾ ਕੇ ਆਏ ਹੈ ਸਭ ਨੂੰ। ਅਤੇ ਜਿਹੜਾ ਪਰਫੋਰਮੈਂਸ ਇਹਨਾਂ ਦਾ ਇੱਥੇ ਸਾਰੇ ਇੰਟਰਨੈਸ਼ਨਲ ਪਲੇਅਰਾਂ ਨੂੰ ਮਾਰ ਕੇ ਆਏ ਹੈ ਅਤੇ ਜਿਹੜਾ ਪਰਫੋਰਮੈਂਸ ਇਹਨਾਂ ਨੇ ਇੱਥੇ ਦਿੱਤਾ ਹੈ, ਅਤੇ ਜੇ ਇਸੇ ਸਿਰਫ ਮੈਂ ਇਹਨਾਂ ਨੂੰ ਇਹ ਗੱਲ ਕਹੀ ਜੇ ਇਹੀ ਗੇਮ ਤੁਸੀਂ ਉੱਥੇ ਖੇਡ ਲਈ, ਕਿਉਂਕਿ ਬੱਚਾ ਮੈਂਟਲੀ ਸਿਰਫ ਪ੍ਰੈਸ਼ਰ ਤੋਂ ਦੱਬਦਾ। ਗੇਮ ਵਾਈਜ਼ 19-21 ਦਾ ਅੰਤਰ ਹੈ, ਕੋਈ ਜ਼ਿਆਦਾ ਨਹੀਂ ਹੈ। ਆਪਾਂ ਬਹੁਤ ਦੇਖੋ ਓਬਵੀਅਸਲੀ ਬਹੁਤ ਕੰਟਰੀਆਂ ਹੈਗੀਆਂ ਸਾਡੇ ਜੂਡੋ ਦੇ ਵਿੱਚ, ਇਹੋ ਜਿਹੀਆਂ ਕੰਟਰੀਆਂ ਜਿਹਦੇ ਕਿ ਵਰਲਡ ਚੈਂਪੀਅਨਸ਼ਿਪ ਵਿੱਚ ਬਹੁਤ ਨਾਮ ਹੈ। ਜਪਾਨ, ਜਪੂਨ ਵਰਗੇ ਨੇੜੇ ਨਹੀਂ ਲੱਗਣ ਦਿੰਦੇ, ਜੋਰਜੀਅਨਸ ਬਹੁਤ ਵਧੀਆ ਚੱਲਦੇ ਹੈ, ਇਹ ਮਿਡਲ ਏਸ਼ੀਆ ਦੀ ਉਜ਼ਬੇਕਿਸਤਾਨ, ਕਜ਼ਾਕਿਸਤਾਨ ਟੀਮਾਂ ਬਹੁਤ ਅੱਛੀਆਂ ਹੈਗੀਆਂ, ਮੰਗੋਲੀਅਨਸ ਬਹੁਤ ਅੱਛੇ ਹੈਗੇ। ਬਟ ਆਪਾਂ ਵੀ ਪ੍ਰਿਪੇਅਰ ਹੈ ਭਾਅ ਜੀ, ਸਾਡੇ ਬੱਚੇ ਵਧੀਆ ਨੇ, ਇਹਨਾਂ ਦੇ ਦਿਮਾਗ 'ਚ ਕੁਛ ਨਹੀਂ ਗਾਲੇ, ਕੋਈ ਨਹੀਂ ਹੈ, ਇਹਨਾਂ ਨੂੰ ਐਂ ਕਿ ਵੀ ਅਸੀਂ ਮਿਹਨਤ ਕਰ ਰਹੇ ਹਾਂ, ਅਸੀਂ ਆਪਣਾ ਬੈਸਟ ਦੇਣਾ। ਮੈਂ ਵੀ ਇਹਨਾਂ ਨੂੰ ਇਹ ਚੀਜ਼ ਸਮਝਾਉਣਾ ਵੀ ਆਪ ਤਾਂ ਵਧੀਆ ਖੇਡ ਕੇ ਆਓ, ਮੈਡਲ ਦੀ ਕਦੇ ਚਿੰਤਾ ਨਹੀਂ ਕਰਨੀ, ਮੈਡਲ ਦੇ ਲਈ ਨਹੀਂ ਡਰਨਾ ਕਿ ਕਦੇ ਡਰੋ ਦੇਖਣੇ ਹੈ ਕਿ ਵੀ ਕਿਹਦੇ ਨਾਲ ਮੇਰੀ ਫਾਈਟ ਕਿਵੇਂ ਪੈ ਗਈ, ਕੁਛ ਨਹੀਂ। ਜਿਹੜਾ ਸਾਹਮਣੇ ਆਊਗਾ ਉਹਨੇ ਜੰਮ ਕੇ ਲੜੋ, ਜੀਦਾਰੀ ਦੇ ਨਾਲ ਅਤੇ ਮਾਰ ਕੇ ਆ ਜਾਓ। ਹੋਰ ਵੀ ਕੋਈ ਇਸ ਗੇਮ ਦੇ ਵਿੱਚ ਸਮੱਸਿਆ ਆਉਂਦੀਆਂ ਨੇ ਤੁਹਾਨੂੰ ਇਸ ਫੀਲਡ ਦੇ ਵਿੱਚ, ਕਿਹੜੇ ਕਿਹੜੇ ਸਮੱਸਿਆ ਫੇਸ ਕਰਨੀਆਂ ਪੈਂਦੀਆਂ ਨੇ, ਕਿਉਂਕਿ ਹਰੇਕ ਫੀਲਡ ਦੇ ਵਿੱਚ ਕੋਈ ਨਾ ਕੋਈ ਚੀਜ਼ਾਂ ਹੁੰਦੀਆਂ ਨੇ, ਕਮੀਆਂ ਹੁੰਦੀਆਂ ਨੇ, ਉਹਨਾਂ ਨੂੰ ਦੂਰ ਕਰਨਾ ਜਿਹੜੇ ਪ੍ਰਬੰਧਕ ਹੁੰਦੇ ਨੇ ਅਥਾਰਟੀ ਹੁੰਦੇ ਜ਼ਿੰਮੇਵਾਰੀ ਬਣ ਜਾਂਦੀ। ਜੀ ਭਾਅ ਜੀ ਦੇਖੋ, ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਸਾਡੀ ਗੇਮ 'ਚ ਹੈਗੀ ਹੈ ਉਹ ਹੈਗੀ ਹੈ ਵੀ ਸਾਨੂੰ ਫਾਈਨੈਂਸ਼ੀਅਲ ਸਪੋਰਟ ਜਿਹੜਾ ਆਪਣੀ ਗੌਰਮੈਂਟ ਵੱਲੋਂ ਉਹ ਬਹੁਤ ਘੱਟ ਹੈ। ਉਹ ਘੱਟ ਦਾ ਰੀਜ਼ਨ ਇਹ ਕਿ ਹੁਣ ਗੇਮ ਸਾਡੀ ਪਿੱਛੇ ਜੇ ਡੀਰੀਕੋਗਨਾਈਜ਼ ਕਰਤੀ ਗੌਰਮੈਂਟ ਨੇ, ਕੋਈ ਰੀਜ਼ਨਸ ਉਹਨਾਂ ਦੇ ਇਹਨਾਂ ਦੇ ਫੈਡਰੇਸ਼ਨਸ ਦੀ ਲੜਾਈਆਂ ਝਗੜੇ ਕਰਕੇ ਉਹਨਾਂ ਨੇ ਮਾਨਤਾ ਜਿਹੜੀ ਹੈਗੀ ਆ ਉਹ ਉਹਨਾਂ ਤੋਂ ਖੋ ਲਈ, ਉਹਦੇ ਕਰਕੇ ਗ੍ਰਾਂਟ ਨਹੀਂ ਮਿਲਦੀ। ਬਟ ਹੁਣ ਚਲੋ ਸਾਈ ਜਿਹੜੀ ਹੈਗੀ ਆ ਉਹ ਉਹਨੂੰ ਓਵਰਟੇਕ ਕਰ ਲੈਂਦੀ ਹੈ ਅਤੇ ਸਾਈ ਉਹਦਾ ਖਰਚਾ ਕਰ ਦਿੰਦੀ ਹੈ। ਫਿਰ ਜਦੋਂ ਉਹਨਾਂ ਨੇ ਉਹਦੇ ਵਿੱਚੋਂ ਬਾਹਰ ਹੀ ਕਰਤਾ ਸਿਸਟਮ ਦੇ ਵਿੱਚੋਂ, ਫਿਰ ਤਾਂ ਖਿਡਾਰੀਆਂ ਦਾ ਬਹੁਤ ਨੁਕਸਾਨ ਹੋ ਗਿਆ ਉਹਨਾਂ 'ਚ। ਬਿਲਕੁਲ ਭਾਅ ਜੀ, ਖਿਡਾਰੀਆਂ ਦਾ ਨੁਕਸਾਨ ਬਿਲਕੁਲ ਹੈ, ਮੋਰਲ ਡਾਊਨ ਹੁੰਦਾ ਸਭ ਤੋਂ ਵੱਡੀ ਗੱਲ ਪਲੇਅਰ ਦਾ। ਹਾਲਾਂਕਿ ਖਿਡਾਰੀ ਤਾਂ ਵਧੀਆ ਪਰਫੋਰਮ ਕਰ ਰਿਹਾ ਆਪਣੇ ਆਪ 'ਚ, ਬਹੁਤ ਮਿਹਨਤ ਦਾ ਡਬਲ ਮਿਹਨਤ ਕਰ ਰਿਹਾ ਸਭ ਕੁਝ, ਬਟ ਜੇ ਆਪਸ 'ਚ ਲੜਾਈਆਂ ਜਿਹੜੀਆਂ ਫੈਡਰੇਸ਼ਨ ਦੀਆਂ, ਇਹ ਚੀਜ਼ਾਂ ਨੇ, ਬੱਚਿਆਂ ਦਾ ਸਫ਼ਰ ਨਹੀਂ ਹੋਣਾ ਚਾਹੀਦਾ। ਬਟ ਇਹਦਾ ਬੈਸਟ ਪਾਰਟ ਇਹ ਹੈ ਕਿ ਵੀ ਪਹਿਲਾਂ ਉਹ ਫੈਡਰੇਸ਼ਨ ਵੱਲੋਂ ਹੁੰਦੀ ਸੀ ਚੀਜ਼ਾਂ, ਹੁਣ ਉਹ ਸਪੋਰਟ ਅਥਾਰਟੀ ਆਫ ਇੰਡੀਆ, ਗੌਰਮੈਂਟ ਆਫ ਇੰਡੀਆ ਡਾਇਰੈਕਟ ਕਰਦੀ ਹੈ, ਉਹ ਵਿੱਚੋਂ ਜਿਹੜਾ ਲਿੰਕ ਹੈ ਉਹਨੂੰ ਕੱਟ ਦਿੰਦੀ ਹੈ ਉਹ, ਹੁਣ ਸਾਈ ਜਿਹੜੀ ਹੈਗੀ ਉਹ ਡਾਇਰੈਕਟ ਸਪੋਂਸਰ ਕਰਦੀ ਹੈ ਫਿਰ। ਅਤੇ ਉਹਦੇ 'ਚ ਫਾਇਦਾ ਵੀ, ਅਸੀਂ ਤਾਂ ਕਹਿੰਦੇ ਫਾਇਦਾ ਹੀ ਹੈ, ਚਲੋ ਜੀ ਰਾਜਨੀਤੀ ਤੋਂ ਬੱਚਾ ਦੂਰ ਰਹਿੰਦਾ, ਇਹ ਚੀਜ਼ਾਂ ਹਰ ਜਗ੍ਹਾ ਹੀ ਹੈ ਭਾਅ ਜੀ, ਸਪੋਰਟਸ ਦੇ ਵਿੱਚ ਬਹੁਤ ਹੈ, ਕਿੱਥੇ ਨਹੀਂ ਹੈ, ਹਰ ਫੀਲਡ ਦੇ ਵਿੱਚ ਪ੍ਰੋਬਲਮ ਹੈ। ਬਾਕੀ ਐਂ ਕਿ ਵੀ ਦੇਖੋ, ਅਸੀਂ ਤਾਂ ਇਹਨਾਂ ਨੂੰ ਇੱਕੋ ਗੱਲ ਕਹਿੰਦੇ, ਤੁਹਾਡਾ ਕੰਮ ਹੈ ਸਿਰਫ ਮਿਹਨਤ ਕਰਨਾ, ਆਪਣਾ ਪੜ੍ਹਾਈ 'ਚ ਧਿਆਨ ਦਿਉ, ਆਪਣਾ ਗੇਮ ਵੱਲ ਧਿਆਨ ਦਿਉ, ਦੋ ਚੀਜ਼ਾਂ ਤੁਹਾਡੇ ਕੋਲ ਕਰਨ ਨੂੰ, ਬਾਕੀ ਚੀਜ਼ਾਂ ਤੋਂ ਦੂਰ ਰਹੋ। ਅਤੇ ਜਿੰਨਾ ਤੁਸੀਂ ਚੀਜ਼ਾਂ ਤੋਂ ਦੂਰ ਰਹੋਗੇ ਨਾ, ਆਉਣ ਵਾਲੇ ਟਾਈਮ 'ਚ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਆਪ ਭੱਜ ਕੇ ਆਉਣਗੀਆਂ, ਪੈਸਾ ਵੀ ਆਊਗਾ, ਫੇਮ ਵੀ ਆਊਗਾ। ਹੁਣ ਬੱਚਿਆਂ ਨੂੰ ਇਹਨਾਂ ਨੂੰ ਪਤਾ ਵੀ ਨਹੀਂ ਹੈ ਵੀ ਅਸੀਂ ਕੀ ਅਚੀਵ ਕਰ ਲਿਆ। ਮੈਂ 32 ਸਾਲ ਭਾਅ ਜੀ ਜੂਡੋ ਕੀਤੀ ਹੈ, ਮੈਂ 1992 'ਚ ਮੈਂ ਪਹਿਲੀ ਸ਼ੁਰੂ ਕੀਤੀ ਸੀ ਅਤੇ 2003 'ਚ 11 ਸਾਲਾਂ ਬਾਅਦ ਮੈਨੂੰ ਪਹਿਲੀ ਵਾਰ ਇੰਟਰਨੈਸ਼ਨਲ ਖੇਡਣ ਦਾ ਮੌਕਾ ਮਿਲਿਆ ਸੀਗਾ। ਅਤੇ ਇਹਨਾਂ ਨੂੰ ਸੰਯਮ ਨੂੰ 2 ਸਾਲ ਹੋਏ ਆ ਸਿਰਫ ਜੂਡੋ ਸ਼ੁਰੂ ਕੀਤੇ ਨੂੰ, ਅਤੇ ਇਹ ਬਿਲਕੁਲ ਬਹੁਤ ਬਹੁਤ ਕਿਸਮਤ ਵਾਲੇ ਵੀ ਹੈਗੇ ਆ, ਅਤੇ ਬਹੁਤ ਘੱਟ ਹੈ ਭਾਅ ਜੀ, 16 ਸਾਲ ਦੇ ਬੱਚੇ ਨੇ ਸਾਰੇ, ਇਹਨਾਂ ਦੀ ਏਜ ਸਾਰਿਆਂ ਦੀ 16-16। 2007 ਬੋਰਨ ਹੈ, 2008 ਬੋਰਨ ਹੈ, 2006 ਬੋਰਨ ਹੈ, ਇਸ ਤੋਂ ਵੱਡੇ ਨਹੀਂ ਇਹਨਾਂ ਦੀ ਏਜ। ਅਤੇ ਇਹ ਹੁਣ ਉਸ ਲੈਵਲ 'ਤੇ ਜਾ ਕੇ, ਉਸ ਪਲੇਟਫਾਰਮ 'ਤੇ ਜਾ ਕੇ ਖੇਡਣਗੇ ਜਿਹਦੇ ਲਈ ਮਤਲਬ ਸਾਡੇ ਇੰਡੀਆ ਦੀ ਅੱਧੀ ਪਾਪੂਲੇਸ਼ਨ ਸਪੋਰਟਸ ਦੀ ਜਿਹੜੀ ਹੈਗੀ ਉਹ ਡ੍ਰੀਮ ਕਰਦੀ ਹੈ। ਅੱਜ ਉਹ ਉਹਨਾਂ ਦਾ ਵੀ ਸੁਪਨਾ ਪੂਰਾ ਕਰਨਗੇ, ਅਤੇ ਆਪਣਾ ਤਾਂ ਕਰ ਹੀ ਰਹੇ ਹੈ। ਖੈਰ, ਬਿਲਕੁਲ, ਅਤੇ ਬਹੁਤ ਮਾਣ ਵਾਲੀ ਗੱਲ ਹੈ ਜੀ।
ਵਰਲਡ ਚੈਂਪੀਅਨਸ਼ਿਪ ਦਾ ਮੁਕਾਬਲਾ ਹੋਏਗਾ, ਕਿੰਨੀਆਂ ਕੁ ਮੁਲਕਾਂ ਦੀਆਂ ਟੀਮਾਂ ਪਹੁੰਚਦੀਆਂ ਉੱਥੇ? ਭਾਅ ਜੀ, ਵਰਲਡ ਚੈਂਪੀਅਨਸ਼ਿਪ ਤਾਂ ਬਹੁਤ ਵੱਡਾ ਇਵੈਂਟ ਹੈ, ਮੈਗਾ ਇਵੈਂਟ ਹੈ। ਹੁਣ ਧਰਤੀ 'ਤੇ ਕਿੰਨੇ ਦੇਖ ਲਓ ਤੁਸੀਂ ਕੰਟਰੀ ਹੈ, ਅਤੇ ਮਤਲਬ ਜੇ ਆਪਾਂ ਬੈਸਟ ਵੀ ਲਾ ਕੇ ਚੱਲੀਏ ਤਾਂ ਵੀ ਐਂ ਵੀ 50-60-70 ਟੀਮਾਂ ਤਾਂ ਖੇਡਦੀਆਂ ਜੀ, ਮੋਰ ਦੈਨ ਦੈਟ ਵੀ 100 ਵੀ ਕਰੋਸ ਹੋ ਜਾਂਦੀਆਂ, ਉਹ ਡਿਪੈਂਡ ਕਰਦੀ ਪਾਰਟੀਸਪੇਸ਼ਨ ਦੀ। ਜੇ ਕਲੈਸ਼ ਨਾ ਕਰਨ ਡੇਟਾਂ, ਇਸ ਵਾਰੀ ਥੋੜ੍ਹੀ ਜਿਹੀ ਪ੍ਰੋਬਲਮ ਇਹ ਆ ਰਹੀ ਹੈ ਕਿ ਵਰਲਡ ਚੈਂਪੀਅਨਸ਼ਿਪ ਅਤੇ ਏਸ਼ੀਅਨ ਚੈਂਪੀਅਨਸ਼ਿਪ ਦੀ ਡੇਟ ਕਲੈਸ਼ ਹੋ ਰਹੀ ਹੈ, ਜਿਹਦੇ ਕਰਕੇ ਇਹਨਾਂ ਨੂੰ ਇੱਕ ਟੂਰ ਏ ਖੇਡਣਗੇ, ਇੱਕ ਟੂਰ ਸੈਕਿੰਡ ਵਾਲੇ ਖੇਡਣਗੇ। ਪਰ ਉਹਦੇ ਨਾਲ ਸਾਡਾ ਫਾਇਦਾ ਵੀ ਹੈ, ਸਾਡੇ 2 ਬੱਚੇ ਸੈਕਿੰਡ ਵੀ ਆਏ ਹੈ ਅਤੇ ਉਹਨਾਂ ਨੂੰ ਵੀ ਚਾਂਸ ਮਿਲੂਗਾ, ਅਤੇ 4 ਦੀ ਜਗ੍ਹਾ 2 ਹੋਰ 6 ਇੰਟਰਨੈਸ਼ਨਲ ਉਹ ਐਡ ਹੋ ਜਾਣਗੇ, 2 ਬੱਚੇ ਹੋਰ। ਬਟ ਐਂ ਕਿ ਵੀ ਉਹਦੇ ਨਾਲ ਥੋੜ੍ਹਾ ਕੰਪਟੀਸ਼ਨ ਘੱਟ ਜੂਗਾ, ਬੰਟ ਜੂਗਾ, ਕਿਉਂਕਿ ਟੀਮ ਏ ਟੀਮ ਬੀ ਜਿਹੜੀ ਨੰਬਰ 1 ਟੀਮ ਹੈ ਉਹ ਇੱਕੋ ਟੂਰਨਾਮੈਂਟ ਖੇਡੂਗੀ। ਜਿਵੇਂ ਸਾਡੀ ਇੰਡੀਅਨ ਟੀਮ ਜਿਹੜੀ ਨੰਬਰ 1 ਟੀਮ ਹੈ ਉਹ ਹਜੇ ਐਡਵਾਈਜ਼ਰੀ ਜਿਹੜੀ ਕਮੇਟੀ ਹੈ, ਸਿਲੈਕਸ਼ਨ ਕਮੇਟੀ, ਉਹ ਡਿਸਾਈਡ ਕਰੂਗੀ ਉਹਨਾਂ ਨੂੰ ਵਰਲਡ ਚੈਂਪੀਅਨਸ਼ਿਪ ਖਿਲਾਉਣਾ ਹੈ ਜਾਂ ਏਸ਼ੀਅਨ ਚੈਂਪੀਅਨਸ਼ਿਪ ਖਿਲਾਉਣਾ। ਦੋਵਾਂ 'ਚੋਂ ਇੱਕ ਟੂਰਨਾਮੈਂਟ ਇਹਨਾਂ ਨੂੰ ਮਿਲੂਗਾ ਖੇਡਣ ਨੂੰ। ਜਦੋਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਖਿਡਾਰੀ ਜਿੱਤ ਕੇ ਆਉਂਦਾ, ਗੋਲਡ ਮੈਡਲ ਜਿੱਤਦਾ, ਤਾਂ ਉਹ ਪਾਲਿਸੀ ਦੇ ਵਿੱਚ ਹੋਰ ਉਹਨੂੰ ਕਿਹੜੀ ਕਿਹੜੀ ਚੀਜ਼ਾਂ ਮਿਲਦੀਆਂ ਨੇ, ਕਿਹੜੀਆਂ ਉਹਨੂੰ ਸਹੂਲਤ ਮਿਲਦੀ? ਭਾਅ ਜੀ, ਉਹਦੀ ਨਾ ਸਕੋਲਰਸ਼ਿਪ ਹੈ, ਪਹਿਲਾਂ ਤਾਂ ਦੇਖੋ ਪਾਰਟੀਸੀਪੇਸ਼ਨ ਦੇ ਪੈਸੇ ਮਿਲਦੇ ਆ ਜੀ, ਇਹਨਾਂ ਨੂੰ ਤਕਰੀਬਨ 1.5 ਲੱਖ ਰੁਪਏ ਦਾ ਪਾਰਟੀਸਪੇਸ਼ਨ ਦਾ ਵੀ ਮਿਲਦਾ ਜੇ ਕੋਈ ਮੈਡਲ ਨਹੀਂ ਹੈ। ਉਹ ਤੋਂ ਬਾਅਦ ਮੈਡਲ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਪੈਸਾ ਹੈ, ਜਿਵੇਂ ਆਈ ਗੈਸ 15 ਲੱਖ 10 ਲੱਖ ਇੱਦਾਂ ਕੁਛ ਹੈਗੀ ਕੈਟੇਗਰੀ, ਕਿਉਂਕਿ ਉਹ ਕਾਫੀ ਹਾਇਰਾਰਕੀਜ਼ ਬਹੁਤ ਜ਼ਿਆਦਾ, ਹੁਣ ਨਵੀਂ ਪਾਲਿਸੀ ਬਣੀ ਹੈ ਚੰਡੀਗੜ੍ਹ ਦੀ ਅਤੇ ਬਹੁਤ ਵਧੀਆ ਅਮਾਊਂਟ ਹੈ ਉਹਦੇ ਵਿੱਚ। ਚੰਡੀਗੜ੍ਹ ਵੀ ਦਿੰਦਾ ਬੱਕਰੇ? ਚੰਡੀਗੜ੍ਹ ਹੀ ਦਿੰਦਾ ਹੈ ਜੀ, ਆਪਣੀ ਜਿਹੜੀ UT ਐਡਮਿਨਿਸਟ੍ਰੇਸ਼ਨ ਹੈ, ਜਾਂ ਜਿਹੜੇ ਬੱਚੇ ਜਿਵੇਂ ਰਾਜਸਥਾਨ ਦਾ ਵੀ ਮੇਰੇ ਕੋਲ ਮੁੰਡਾ ਹੈਗਾ, ਇਹਨਾਂ ਦੀ ਸਟੇਟ ਵੀ ਦਿੰਦੀ ਹੈ ਚੰਡੀਗੜ੍ਹ ਦੀ, ਆਪਣੀ UT ਜਿਹੜੀ ਹੈ, ਸਾਡੀ ਸਪੋਰਟਸ ਪਾਲਿਸੀ ਬਣੀ ਹੈ ਜੀ ਬਹੁਤ ਵਧੀਆ, ਉਹਦੇ ਲਈ ਸਾਡਾ ਜਿਹੜਾ ਖੇਲ ਵਿਭਾਗ ਹੈ ਜੀ ਉਹ ਬਹੁਤ ਵਧੀਆ, ਉਹਨਾਂ ਨੇ ਕੰਮ ਕੀਤਾ ਹੈ ਬੱਚਿਆਂ ਦੇ ਫੇਵਰ ਦੇ ਲਈ, ਕਿ ਜਿੰਨੇ ਵੀ ਇੰਟਰਨੈਸ਼ਨਲ ਰਿਕੋਗਨਾਈਜ਼ ਟੂਰਨਾਮੈਂਟ ਹੈ ਉਹ ਸਾਰਿਆਂ ਦੀ ਜਿਹੜੀ ਸਕੋਲਰਸ਼ਿਪ ਹੈ ਬਹੁਤ ਵਧੀਆ, ਮਤਲਬ ਇੰਡੀਆ 'ਚ ਜਿਹੜੇ ਟੌਪ ਸਕੋਲਰਸ਼ਿਪ ਦੀ ਅਮਾਊਂਟ ਸੀਗੀ ਉਹਨਾਂ ਨੇ ਸਾਰੀ ਪਿੱਕ ਕਰਕੇ ਉਹ ਸਾਡੀ ਪਾਲਿਸੀ 'ਚ ਵਿੱਚ ਪਾਈ ਹੈ। ਜੋਬ ਦੀ ਭਾਅ ਜੀ ਥੋੜ੍ਹੀ ਸਿਕਿਉਰਿਟੀ ਚੰਡੀਗੜ੍ਹ 'ਚ ਘੱਟ ਹੈ, ਨੌਕਰੀ ਹਾਂ ਇੱਥੇ ਦੱਬ ਕੇ ਜੀ, ਚੰਡੀਗੜ੍ਹ ਸਾਡੇ ਕੋਲ ਵੀ ਜ਼ਿਕਰ ਆਉਂਦਾ, ਕਹਿੰਦੇ ਕਿ ਹਰਿਆਣੇ ਦੇ ਵਿੱਚ ਪਾਲਿਸੀ ਬਹੁਤ ਵਧੀਆ, ਪੰਜਾਬ ਦੇ ਵੀ ਕਹਿੰਦੇ ਬੜੀ ਮਾੜੀ ਪਾਲਿਸੀ ਮੰਨਦੇ ਨੇ, ਕਈ ਲੋਕ ਕਹਿੰਦੇ ਵੀ ਉੱਥੇ ਵੀ ਪਾਲਿਸੀ ਨਹੀਂ ਠੀਕ ਹੈ UT 'ਚ, ਹਰਿਆਣੇ 'ਚ ਕੀ ਐਸਾ ਹੈ ਜਿਹੜਾ ਚੰਡੀਗੜ੍ਹ ਪੰਜਾਬ ਦੇ ਵਿੱਚ ਨਹੀਂ ਹੈ? ਭਾਅ ਜੀ, ਪੰਜਾਬ ਨਾਲੋਂ, ਚੰਡੀਗੜ੍ਹ ਨਾਲੋਂ, ਹਰਿਆਣੇ ਨਾਲੋਂ ਬੈਟਰ ਜਿਹੜੀ ਸਕੋਲਰਸ਼ਿਪ ਦੀ ਫੈਸਿਲਿਟੀ ਹੈ ਉਹ ਚੰਡੀਗੜ੍ਹ 'ਚ ਇਸ ਸਮੇਂ। ਨੰਬਰ 2, ਜਿਹੜੀ ਸਪੋਰਟਸ ਪਾਲਿਸੀ ਹਰਿਆਣੇ ਦੀ ਹੈਗੀ ਹੈ ਉਹਦੇ ਵਿੱਚ ਇਹਨਾਂ ਨੇ ਗਰੁੱਪਸ ਬਣਾਏ ਹੋਏ ਆ, ਕੈਟੇਗਰੀਜ਼, ਗਰੁੱਪ D, ਗਰੁੱਪ C, ਗਰੁੱਪ B ਔਰ ਗਰੁੱਪ A। ਇਹ ਸਰ ਜੋਬਸ ਜਿਹੜੇ ਹੈਗੇ ਨਾ ਉਹ ਡਾਇਰੈਕਟ ਅਪੁਆਇੰਟ ਕਰ ਦਿੰਦੇ ਆ। ਮੰਨ ਕੇ ਚੱਲੋ ਜਿਵੇਂ ਸਾਡਾ ਬੱਚਾ ਵਰਲਡ ਚੈਂਪੀਅਨਸ਼ਿਪ ਮੈਡਲ ਆਇਆ ਅਤੇ ਗਰੁੱਪ A 'ਚ ਜਾਂ B 'ਚ ਆ ਗਿਆ, ਕਿ ਜੇ ਜੂਨੀਅਰ ਕੈਟੇਗਰੀ 'ਚ ਆਇਆ ਤਾਂ B 'ਚ ਆਜੂਗਾ, ਸੀਨੀਅਰ 'ਚ ਆ ਗਿਆ ਤਾਂ A 'ਚ ਆਜੂਗਾ, ਇਹਨਾਂ ਨੂੰ ਡਾਇਰੈਕਟ ਅਪੁਆਇੰਟਮੈਂਟਸ ਹੈਗੀਆਂ। ਏਰੀਆ ਵੱਡਾ ਹੋਣ ਕਰਕੇ ਦੇਖੋ ਜੀ, MP ਸੀਟਾਂ ਉਹਨਾਂ ਕੋਲ ਜ਼ਿਆਦੀਆਂ ਹੈ, ਇਨਫਰਾ ਜਗ੍ਹਾ ਉਹਨਾਂ ਕੋਲ, ਏਰੀਆ ਵੱਡਾ ਹੈ, ਜ਼ਿਲ੍ਹੇ ਉਹਨਾਂ ਕੋਲ ਜ਼ਿਆਦਾ ਨੇ, ਅਤੇ ਇਸ ਕਰਕੇ ਉੱਥੇ ਵੈਕੈਂਸੀਜ਼ ਵੀ ਜ਼ਿਆਦਾ ਹੈਗੀਆਂ, ਅਤੇ ਇਸ ਕਰਕੇ ਉੱਥੇ ਜਿਹੜਾ ਹੈਗਾ ਪਲੇਅਰ ਨੂੰ ਨੌਕਰੀਆਂ ਬੜੀ ਈਜ਼ੀਲੀ ਮਿਲ ਜਾਂਦੀਆਂ। ਸਾਡੇ ਚੰਡੀਗੜ੍ਹ ਤਾਂ ਇੱਕ ਡਿਸਟ੍ਰਿਕਟ ਦੇ ਬਰਾਬਰ ਹੈ ਭਾਅ ਜੀ, ਛੋਟਾ ਮੋਹਾਲੀ ਡਿਸਟ੍ਰਿਕਟ ਅਤੇ ਚੰਡੀਗੜ੍ਹ ਬਰਾਬਰ ਹੈ, ਅਤੇ ਚੰਡੀਗੜ੍ਹ ਦੇ ਵਿੱਚ ਆਪਣੇ ਕੋਲ ਇਸ ਚੀਜ਼ ਦਾ ਐਕਸਪੋਜ਼ਰ ਨਹੀਂ ਹੈ। ਬਟ ਅਸੀਂ ਨੌਕਰੀ ਦੇ ਲਈ ਭਾਅ ਜੀ ਬੱਚਿਆਂ ਨੂੰ ਨਹੀਂ ਕਰਾ ਰਹੇ, ਦੇਖੋ ਅਸੀਂ ਤਾਂ ਕਹਿੰਦੇ ਵੀ ਤੁਸੀਂ ਕਾਬਲ ਬਣ ਜਾਓ, ਗੌਰਮੈਂਟ ਤੁਹਾਨੂੰ ਆਪ ਅਪੁਆਇੰਟ ਕਰੂਗੀ, ਏਸ਼ੀਅਨ ਗੇਮਸ 'ਚ ਮੈਡਲ ਮਾਰੋ, ਵਰਲਡ ਚੈਂਪੀਅਨਸ਼ਿਪ 'ਚ ਮੈਡਲ ਮਾਰੋ, ਓਲੰਪਿਕਸ ਦੇ ਵਿੱਚ ਮੈਡਲ ਮਾਰੋ, ਕਾਮਨਵੈਲਥ ਗੇਮਸ 'ਚ ਮੈਡਲ ਮਾਰੋ, ਗੌਰਮੈਂਟ ਤੁਹਾਨੂੰ ਆਪੇ ਦੇਊਗੀ ਤੁਹਾਡੀ ਚੋਇਸ ਦੀ ਨੌਕਰੀ ਵੀ ਕਿੱਥੇ ਕਰਨੀ ਹੈ। ਜੇਕਰ ਅੱਜ ਤੋਂ 10 ਸਾਲ ਪੁਰਾਣੀ ਗੱਲ ਕੀਤੀ ਜਾਵੇ, ਜੇਕਰ ਹੁਣ ਦੀ ਗੱਲ ਕੀਤੀ ਜਾਵੇ, ਇਹ ਜੂਡੋ ਵਾਲੇ ਪਾਸੇ ਖਿਡਾਰੀ ਆ ਰਹੇ ਨੇ, ਉਦੋਂ ਨੂੰ ਰੁਝਾਨ ਵਧਿਆ 10 ਸਾਲ ਜੇ ਪਿਛਲੀ ਗੱਲ ਕੀਤੀ ਜਾਵੇ, ਜਾਂ ਰੁਝਾਨ ਘਟਿਆ, ਕੀ ਰੁਝਾਨ ਚੱਲ ਰਿਹਾ? ਭਾਅ ਜੀ, ਰੁਝਾਨ ਤਾਂ ਪਹਿਲਾਂ ਨਾਲੋਂ ਵਧਿਆ ਸਾਡੀ ਗੇਮ ਦੇ ਵਿੱਚ। ਮੈਂ ਆਪਣੇ ਸੈਂਟਰ ਦੀ ਗੱਲ ਕਰਾਂ, ਜਦੋਂ ਮੈਂ ਇੱਥੇ ਆਇਆ ਸੀ 2017 ਦੇ ਵਿੱਚ, ਇੱਥੇ 25-30 ਬੱਚਾ ਜੂਡੋ ਕਰਦਾ ਸੀਗਾ, ਅਤੇ ਅੱਜ ਚੰਡੀਗੜ੍ਹ ਦੇ ਵਿੱਚ 350 ਬੱਚਾ ਜੂਡੋ ਕਰ ਰਿਹਾ ਹੈ। ਇਹ ਇੱਕ ਪਰਸਨਲ ਐਫਰਟ ਵੀ ਹੈਗੇ ਜੀ, ਇੰਡੀਵਿਜੁਅਲ 'ਤੇ ਵੀ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਹੈਂਡਲ ਕਰ ਰਹੇ ਹੋ। ਅਤੇ ਮੇਰਾ ਮੰਨਣਾ ਹੈ
ਕਿਸੇ ਵੀ ਚੀਜ਼ ਨੂੰ ਕਿਸੇ ਵੀ ਗੇਮ ਨੂੰ ਜੇ ਤੁਸੀਂ ਉੱਤੇ ਲੈ ਕੇ ਜਾਣਾ ਹੈ ਅਤੇ ਜਿਹੜੇ ਗਰਾਸ ਰੂਟ 'ਤੇ ਜਿਹੜੇ ਕੰਮ ਕਰ ਰਹੇ ਲੋਕ ਉਹ ਲੋਕ ਬੜੇ ਪੈਸ਼ਨੇਟ ਅਤੇ ਐਨਰਜੈਟਿਕ ਹੋਣੇ ਚਾਹੀਦੇ ਆ। ਉਹਨਾਂ ਜਜ਼ਬਾ ਹੋਣਾ ਚਾਹੀਦਾ ਕਿ ਅਸੀਂ ਆਹ ਗੇਮ ਚੱਕਣੀ ਅਸੀਂ ਪਲੇਅਰਾਂ ਨੂੰ ਫੈਸਿਲਿਟੀਆਂ ਦੇਣੀ ਹੈ ਜਾਂ ਉਹਨਾਂ ਨੂੰ ਪ੍ਰੋਪਰ ਜਿਹੜੀ ਉਹਨਾਂ ਦੀ ਮਨ ਦਾ ਹੱਕ ਹੈ ਉਹ ਦਵਾਈਏ ਬੱਚਿਆਂ ਨੂੰ। ਹੁਣ ਜਿਵੇਂ ਨਵਰੂਪ ਹੈ ਸਾਡੇ ਕੋਲ ਕੁੜੀ ਏਂਜਲ ਹੈ, ਇਹਨਾਂ ਨੂੰ ਭਾਅ ਜੀ ਸਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਹਰ ਮਹੀਨੇ ਦੀ 10,000 ਰੁਪਏ ਦੀ ਸਕੋਲਰਸ਼ਿਪ ਮਿਲਦੀ ਹੈ। 50,000 ਰੁਪਏ ਦਾ ਅਭਿਨਵ ਬਿੰਦਰਾ ਤੋਂ ਮੈਂ ਇਹਨਾਂ ਨੂੰ ਸਪੋਂਸਰ ਕਰਾ ਰੱਖਿਆ। ਹਰ ਤੀਜੇ ਮਹੀਨੇ ਇਹਨਾਂ ਕੋਲ 50,000 ਦਾ ਸਪਲੀਮੈਂਟ ਮਿਲਦਾ ਇਹਨਾਂ ਨੂੰ, ਜਿਹਦੇ ਵਿੱਚ ਪ੍ਰੋਟੀਨ ਇਹਨਾਂ ਦੀ ਡਾਇਟ ਦੇ ਲੈ ਕੇ ਚੀਜ਼ਾਂ ਮਿਲਦੀਆਂ। ਅਤੇ ਇਹਨਾਂ ਦੀ ਜਿਹੜੀ ਜੂਡੋ ਡਰੈਸਿਸ ਇਹ ਪਾਉਂਦੇ ਨੇ ਇਹ ਆਪਾਂ ਜਰਮਨੀ ਤੋਂ ਇੰਪੋਰਟ ਕਰਾਈਏ, ਇਹ ਵੀ ਅਭਿਨਵ ਬਿੰਦਰਾ ਤੋਂ ਪ੍ਰਾਈਵੇਟ ਸੰਸਥਾਵਾਂ ਤੋਂ ਅਸੀਂ ਇਹਨਾਂ ਨੂੰ ਬੈਨੀਫਿਟ ਦਵਾਇਆ। ਅਤੇ ਭਾਅ ਜੀ ਇਹਨਾਂ ਨੂੰ ਜਿਹੜੇ ਚੰਡੀਗੜ੍ਹ ਯੂਟੀ ਤੋਂ ਜਿਹੜੀ ਸਕੋਲਰਸ਼ਿਪ ਮਿਲਦੀ ਹੈ ਉਹ 3-4 ਲੱਖ ਰੁਪਏ ਇਹਨਾਂ ਨੂੰ ਸਕੋਲਰਸ਼ਿਪ ਇਹਨਾਂ ਦੇ ਮੈਡਲ ਦੇ ਉੱਤੇ ਮਿਲਦੀ ਹੈ। ਬਾਕੀ ਖੇਲੋ ਇੰਡੀਆ ਵੁਮੈਨ ਲੀਗ ਟਾਈਪ ਕਈ ਇਹੋ ਜਿਹੇ ਟੂਰਨਾਮੈਂਟ ਵੁਮੈਨ ਦੇ ਲਈ ਚੱਲੇ ਆ, ਫੀਮੇਲ ਦੇ ਲਈ, ਜਿਹਦੇ ਤੋਂ ਇਹ 1-1.5-2 ਲੱਖ ਆਪਣਾ ਖਰਚਾ ਅਲੱਗ ਤੋਂ ਕੱਢ ਦਿੰਦੇ ਆ। ਅਤੇ ਇੱਕ ਸਾਲ ਦਾ ਜੇ ਮੈਂ ਆਪਾਂ ਵੁਮੈਨ ਲਾ ਕੇ ਚੱਲੀਏ, ਬੱਚਾ ਜੇ ਵਧੀਆ ਪਰਫੋਰਮੈਂਸ ਦਿੰਦਾ ਅਤੇ ਖੇਡਦਾ ਅਤੇ 5-7 ਲੱਖ ਰੁਪਈਆ ਆਪਣਾ ਖਰਚਾ ਕੱਢ ਸਕਦਾ, ਇਹ ਕੱਢ ਰਹੇ ਨੇ ਬੱਚੇ ਇਹਨਾਂ। ਇਸ ਤੋਂ ਇਲਾਵਾ ਖੇਡ ਦੇ ਵਿੱਚ ਰਿਸਕ ਕਿੰਨਾ ਕੁ ਹੈ ਸਰੀਰਕ ਪੱਖੋਂ? ਭਾਅ ਜੀ ਬਹੁਤ ਰਿਸਕ ਹੈ, ਕਿਉਂਕਿ ਜਿਹੜੀ ਕਮਬੈਕ ਕਰਨ ਦੀ ਜਿਹੜੀ ਪਰਸੈਂਟੇਜ ਹੈ ਨਾ ਇੰਜਰੀ ਲੱਗਣ ਤੋਂ ਬਾਅਦ ਬਹੁਤ ਘੱਟ ਹੈ। ਖਿਲਾੜੀ ਦੇ ਜੇ ਇੰਡੀਆ 'ਚ ਇੱਕ ਵਾਰੀ ਸੱਟ ਲੱਗ ਜਾਏ ਨਾ ਉਹ ਬਹੁਤ ਜਲਦੀ ਮੁੜ ਕੇ ਨਹੀਂ ਆਉਂਦਾ ਭਾਅ ਜੀ ਵਾਪਸ। ਬਹੁਤ ਰੇਅਰ ਚਾਂਸਿਸ ਹੈ ਕਿ ਕੋਈ ਪਲੇਅਰ ਦੇ ਮੇਜਰ ਇੰਜਰੀ ਹੋ ਗਈ ਸਾਡੇ ਗੇਮਾਂ 'ਚ, ਜ਼ਿਆਦਾ ਲੀਗਾਮੈਂਟ ਦੀ ਪ੍ਰੋਬਲਮ ਆਉਂਦੀ ਹੈ, ACL ਟੀਅਰ ਹੋ ਗਿਆ, MCL ਹੋ ਗਿਆ ਜਾਂ ਮੈਨਿਸਕਸ ਟੀਅਰ ਹੋ ਗਿਆ, ਇੱਥੋਂ ਭਾਅ ਜੀ ਵਾਪਸੀ ਬਹੁਤ ਰੇਅਰ ਹੈ ਕਿ ਜੇ ਪਲੇਅਰ ਦੇ ਸੱਟ ਲੱਗ ਗਈ ਉਸ ਤੋਂ ਬਾਅਦ ਉਹਨੂੰ ਕੋਈ ਨਹੀਂ ਪੁੱਛਦਾ, ਕੋਈ ਉਹਦੇ ਲਈ ਬੈਕਅਪ ਪਲੈਨ ਨਹੀਂ ਹੈ, ਕੋਈ ਉਹਦੇ ਲਈ ਸੈਕਿੰਡ ਉਹ ਨਹੀਂ ਹੈ ਕਿ ਬੱਚੇ ਨੂੰ ਕੀ ਕਰਨਾ। ਸੱਟ ਲੱਗ ਗਈ ਅਤੇ ਉਹ ਆਪਣਾ ਇੰਜਰੀ ਸਰਜਰੀ ਕਰਾਊਗਾ, ਉਸ ਤੋਂ ਬਾਅਦ 1-1.5 ਸਾਲ ਉਹਦਾ ਰਿਕਵਰੀ ਰੀਹੈਬਲੀਟੇਸ਼ਨ 'ਚ ਲੱਗ ਜਾਂਦਾ, ਉਹ ਗੱਲਬਾਤ ਬਣਦੀ ਨਹੀਂ। ਉਹ ਸਾਡੇ ਕੋਲ ਉੰਨੀ ਮੰਨ ਕੇ ਚਲੋ ਉੰਨੀ ਇੱਥੇ ਟੈਕਨੋਲੋਜੀ ਨਹੀਂ ਹੈ ਇੰਨੀ। ਪਲੇਅਰ ਖੜਾ ਹੋ ਜੂਗਾ ਉਹ ਨੋਰਮਲ ਇਨਸਾਨ ਦੇ ਵਾਂਗ ਤੁਰਨ ਫਿਰਨ ਲੱਗ ਜੂਗਾ, ਮਗਰ ਭਾਅ ਜੀ ਉਹ ਵਾਪਿਸ ਗੇਮ ਦੇ ਵਿੱਚ ਉਸੇ ਸਪੀਡ ਦਾ ਉਹਦੇ ਡਰ ਦਿਮਾਗ 'ਚ ਡਰ ਰਹੂਗਾ, ਹਰ ਵਾਰੀ ਉਸ ਮੂਮੈਂਟ ਦੇ ਵਿੱਚ ਡਰ ਰਹੂਗਾ ਕਿ ਮੇਰੇ ਪਟਾਕਾ ਨਾ ਹੋ ਜਾਵੇ, ਮੇਰਾ ਫਿਰ ਨਾ ਟੁੱਟ ਜਾਵੇ। ਅਤੇ ਇਹ ਬੜੀ ਇੱਕ ਵੱਡਾ ਬਹੁਤ ਵੱਡਾ ਚੈਲੰਜ ਇੱਕ ਇੰਡੀਅਨ ਸਪੋਰਟਸ ਦੇ ਵਿੱਚ ਹੈ ਕਿ ਇੰਜਰੀ ਤੋਂ ਬਚ ਕੇ ਪਲੇਅਰ ਨੂੰ ਰੱਖਣਾ, ਬਚਾ ਕੇ ਰੱਖਣਾ। ਫਿਰ ਜਦੋਂ ਖਿਡਾਰੀ ਦਾ ਧਿਆਨ ਹੋ ਜਾਂਦਾ, ਬੇਧਿਆਨਾ ਹੋ ਜਾਂਦਾ, ਫਿਰ ਉਸ ਸਮੇਂ ਸੱਟ ਲੱਗ ਗਏ ਜਦੋਂ ਦਾ ਪੇਚਾਂ ਤੋਂ ਉਲਟ ਕੰਮ ਕਰਦਾ, ਉਲਟ ਖੇਡਦਾ ਜਾ? ਭਾਅ ਜੀ ਸੱਟ ਲੱਗਣ ਦੇ 2-3 ਚਾਂਸਿਸ ਕਾਰਨ ਹੈਗੇ ਆ। ਇੱਕ ਤਾਂ ਭਾਅ ਜੀ ਹੈਗੀ ਹੈ ਜੀ ਰੋਂਗ ਐਰਰ, ਟੈਕਨੀਕ ਦੇ ਵਿੱਚ ਐਰਰ ਹੈ, ਜੇ ਤੁਸੀਂ ਰੋਂਗ ਟੈਕਨੀਕ ਕਰ ਰਹੇ ਹੋ ਅਤੇ ਉਹਦੇ ਵਿੱਚ ਤੁਸੀਂ ਜ਼ਿਆਦਾ ਜਾਨ ਲਾਤੀ ਹੈ ਅਤੇ ਉੱਥੇ ਗਲਤ ਮੂਵਮੈਂਟ ਲੈ ਕੇ ਤੁਸੀਂ ਕਰਤੀ, ਉਹਦੇ ਵਿੱਚ ਤੁਹਾਡੇ ਪ੍ਰੋਬਲਮ ਹੈ। ਇੱਕ ਭਾਅ ਜੀ ਹੈਗੀ ਰਿਕਵਰੀ, ਜੇ ਪ੍ਰੋਪਰ ਨਹੀਂ ਹੈ, ਜੇ ਬੱਚਾ ਅੱਛੀ ਡਾਇਟ ਨਹੀਂ ਲੈ ਰਿਹਾ, ਅੱਛੀ ਖੁਰਾਕ ਨਹੀਂ ਲੈ ਰਿਹਾ, ਆਪਣੇ ਸਰੀਰ ਨੂੰ ਲੋਡ ਦੇਈ ਜਾ ਰਿਹਾ ਬਟ ਉਹਦੇ ਲਈ ਕੁਛ ਕਰ ਨਹੀਂ ਰਿਹਾ, ਵਾਪਸੀ ਡਾਇਟ ਨਹੀਂ ਹੈ ਉਹਦੀ ਲਈ ਉਹਨੇ ਬਰਾਬਰ ਲੈ ਪਾ ਰਿਹਾ, ਇੱਕ ਇਹ ਵੀ ਇੱਕ ਕਾਰਨ ਹੈ ਕਿ ਥਕਾਨ ਕਰਕੇ ਬੱਚਾ ਜਿਹੜਾ ਹੈਗਾ ਉਹ ਸੱਟ ਖਾ ਲੈਂਦਾ। ਅਤੇ ਬਾਕੀ ਦੂਜੇ ਦੀ ਗਲਤੀ ਵੀ ਹੈਗੀ ਹੈ ਕਿ ਅੱਗੇ ਓਪੋਨੈਂਟ ਨੇ ਕੋਈ ਗਲਤੀ ਨਾਲ ਤੁਹਾਨੂੰ ਸੱਟ ਮਾਰਤੀ, ਕਈ ਵਾਰ ਆਪਣੀ ਮੂਵਮੈਂਟ ਵੀ ਗਲਤ ਹੋ ਜਾਂਦੀ ਹੈ ਜਾਂ ਤੁਸੀਂ ਟੈਕਨੀਕ ਦੇ ਵਿੱਚ ਹੀ ਗਲਤ ਸਿੱਖੇ, ਗਲਤ ਤੋਂ ਤੁਸੀਂ ਸ਼ੁਰੂ ਤੋਂ ਉਹਨੂੰ ਗਲਤੀ ਕਰਦੇ ਆ ਰਹੇ ਹੋ, ਉਹ ਸਲੋਲੀ ਗ੍ਰੈਜੂਅਲੀ ਉਹ ਵੱਧਦੀ ਉਹ ਬਿਲਕੁਲ ਡੈਮੇਜ ਕਰ ਦਿੰਦੀ ਹੈ ਪ੍ਰੋਬਲਮ ਨੂੰ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਅ ਜੀ, ਸਤਿ ਸ਼੍ਰੀ ਅਕਾਲ। ਹੁਣ ਜਦੋਂ ਮੁਕਾਬਲਾ ਹੋਵੇਗਾ ਤਾਂ ਉੱਥੇ ਫਿਰ ਆਪਣੇ ਇੰਡੀਆ ਦੇ ਲਈ ਇਹ ਬੱਚੇ ਜਿਹੜਾ ਖੇਡਣਗੇ ਅਤੇ ਗੋਲਡ ਮੈਡਲ ਜਿੱਤਣ ਦਾ ਇਹਨਾਂ ਦੇ ਮਨ ਦੇ ਵਿੱਚ ਪੂਰਾ ਚਟਾਨ ਦੀ ਤਰ੍ਹਾਂ ਇਰਾਦਾ ਹੈ। ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।